ਗੁਰੂ ਵਾਹਿਗੁਰੂ ਵਾਹਿ ਗੁਰੂ 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 ਜੁੜ ਜੋ ਵਾਹ ਗੁਰੂ 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 ਜੀ ਦੰਡਾਉਤ ਵੰਦਨ ਅਨਕ ਬਾਾਰ ਸਰਬ ਕਲਾ ਸਮਰੱਥ ਹੱਥ ਜੋੜ ਕੇ ਸਾਰੇ ਸੀਸ ਨਵਾਓ ਸਹਿਬ ਦੇ ਚਰਨਾਂ ਚ ਤਰਲਾ ਪਾਓ ਡੰਡਾਓ ਤੇ ਵੰਦਨ ਅਨਕਵਾਰ ਸਰਬ ਕਲਾ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇਖ ਰੱਥ ਨਾਨਕ ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਿਤਾ ਜੀ ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਮਹਿਮੂ ਰਖ ਕੇ ਸ਼ਦੀਜੈ ਪਰਨਵਤ ਨਾਨਕ ਸੁਣ ਮੇਰੇ ਸਹਬਾ ਡੁੱਬਦਾ ਪੱਥਰ ਲੀਜੈ ਡੁੱਬਦਾ ਪੱਥਰ ਲੀਜੈ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਨਾਨਕ ਬੋਲੇ ਬਲਾਇਆ ਤੇਰਾ ਨਾਨਕ ਬੋਲੇ ਬਲਾਇਆ ਤੇਰਾ ਕਬੀਰ ਸਾਧੂ ਕੀ ਸੰਗਤ ਰਹੋ ਸਾਧੂ ਕੀ ਸੰਗਤ ਰਹੋ ਜਿਉਂ ਕੀ ਪੂਸੀ ਖਾਓ ਜਾਉਂ ਕੀ ਪੁੱਸੀ ਖਾਓ ਹੁਣ ਹਾਰ ਸੋਏ ਹੈ ਸਾਕਤ ਸੰਗ ਨਾ ਜਾਓ ਹੁਣ ਹਾਰ ਸੋਏ ਹੈ ਸਾਕਤ ਸੰਗ ਨਾ ਜਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗਾਜ ਵਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਦੀ ਕਿਫਤ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਦੇਓ ਆਪਣਾ ਨਾਮ ਦੇਓ ਆਪਣਾ ਨਾਮ ਦੇਓ

ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਨਾਮ ਤੇਰੇ ਕੀ ਬੋਲੋ ਨਾਮ ਤੇਰੀ ਮੁਕਤੇ ਬੀਥੀ ਮੁਕਤੇ ਬੀਥੀ ਬੀਤੀ ਗਲੀ ਸਟਰੀਟ ਇਹ ਸਹਬਾ ਜਿਹੜੀ ਤੇਰੇ ਨਾਮ ਵਾਲੀ ਗਲੀ ਆ ਨਾ ਇਹ ਮੁਕਤੀ ਵਾਲੀ ਗਲੀ ਆ ਮੁਕਤੀ ਵਾਲੀ ਪਤਾ ਕੁਝ ਲੱਗਾ ਗੜਗਾਮੇ ਵਾਲੀ ਤੈਨੂੰ ਕਿਹਾ ਤੈਨੂੰ ਪਤਾ ਲੱਗਾ ਮੈਂ ਕੀ ਕਿਹਾ ਨਹੀਂ ਧਿਆਨ ਨਾਲ ਸੁਣੋ ਅੰਦਰ ਚੁੱਪ ਹੋਣਾ ਬੜਾ ਜ਼ਰੂਰੀ ਆ ਅੰਦਰ ਦਾ ਚੁੱਪ ਹੋਣਾ ਬੜਾ ਜ਼ਰੂਰੀ ਆ ਤਾਂ ਹੀ ਅਸੀਂ ਖਾਲੀ ਆਉਨੇ ਆ ਤੇ ਖਾਲੀ ਮੁੜ ਜੰਦੇ ਇਹ ਘਰ ਖਾਲੀ ਮੁੰਨ ਵਾਲਾ ਨਹੀਂ ਸੀ ਪ੍ਰਭ ਪ੍ਰਭ ਤਦੋਂ ਖਾਲੀ ਕੋ ਨਹੀਂ ਲਿਖਿਆ ਹੈ ਬੋਲੋ ਹ ਜਰਾ ਇਹ ਮੇਰੇ ਪਰਮੇਸ਼ਵਰ ਦੀ ਤੇਰੇ ਘਰੋਂ ਕੋਈ ਮੈਂ ਰੋਜ ਹੀ ਆਉਨੀਆਂ ਤੇ ਰੋਜ ਹੀ ਮੁੜ ਜਾਨੀ ਖਾਲੀ ਮੁੜ ਜਾਨੀ ਜੇ ਮੈਂ ਆਪਣੀ ਜੇਬ ਚੈੱਕ ਕਰਾਂ ਜੇ ਮੈਂ ਆਪਣੀ ਜੇਬ ਕਰਾਂ ਚੈੱਕ ਤੇ ਮੇਰੀ ਜੇਬ ਵਿੱਚ ਪੰਜ ਪੈਸੇ ਵੀ ਨਹੀਂ ਤੇਰੇ ਅੱਜੇ ਹਗੇ ਜਿਹੜੇ ਮੈਂ ਚਾਰ ਬਾਜ਼ਾਰ ਚੋਂ ਕਮਾਏ ਨੇ ਇਹ ਤੇ ਹੈਗੇ ਮਗਰ ਤੇਰੀ ਬਖਸ਼ਿਸ਼ ਦੇ ਪੰਜ ਪੈਸੇ ਵੀ ਅਜੇ ਮੇਰੇ ਕੋਲ ਨਹੀਂ ਹਾਜ਼ਰ ਰਹੋ ਆਖੋ ਵਹਿਗੁਰੂ ਮਗਰ ਤੁਹਾਡੀ ਬਾਣੀ ਚ ਇਹ ਕੁਝ ਲਿਖਿਆ ਵੀ ਪ੍ਰਭ ਤਦੋਂ ਬੋਲੋ ਭਰ ਕੇ ਬੋਲੋ ਵੀ ਤੇਰੇ ਘਰੋਂ ਅੱਜ ਤੱਕ ਕੋਈ ਮੇਰਾ ਕੀ ਕਸੂਰ ਆ ਮੈਂ ਅਪਾਗੀ ਕਿਉਂ ਨਾ ਲੈ ਸਕੀ ਬਸ ਉਹਨਾਂ ਛੇੜਿਓ ਮੈਂ ਅਪਾਗੀ ਕਿਉਂ ਨਾ ਲੈ ਸਕੀ ਤੇਰੇ ਘਰ ਜਿਹੜੇ ਜਿਹੜੇ ਆਏ ਅੱਜ ਤੱਕ ਝੋਲੀਆਂ ਭਰ ਕੇ ਗਏ ਮੈਨੂੰ ਕਿਉਂ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਜੀ? ਹਾਜ਼ਰ ਰੋ। ਮੈਂ ਚੁੱਪ ਨਹੀਂ ਹੋਈ। ਤੂੰ ਦੇਣਾ ਚਾਹੁੰਦਾ ਸੈਂ। ਤੂੰ ਮੈਨੂੰ ਸੁਣਾਉਣਾ ਚਾਹੁੰਦਾ ਸੈਂ। ਮੈਂ ਰੋਲਾ ਪਾਉਂਦੀ ਰਹੀ। ਰੋਲਾ ਮੂੰਹ ਤੋਂ ਨਹੀਂ ਅੰਦਰੋਂ। ਉਧਰੋਂ ਸ਼ਬਦ ਚੱਲਦਾ ਰਿਹਾ। ਉਧਰੋਂ ਮੇਰੇ ਵਿਚਾਰਾਂ ਦੀ ਲੜੀ ਨਾ ਟੁੱਟੀ। ਮੈਂ ਵੇਂਦੀ ਰਹੀ। ਕੌਣ ਆਇਆ ਹੈ? ਉਹਨੇ ਸੂਟ ਕਿ ਤਰ੍ਹਾਂ ਦਾ ਪਾਇਆ ਹੈ? ਕੌਣ ਆਇਆ ਉਹਨੇ ਕੜਾ ਕਿ ਤਰ੍ਹਾਂ ਦਾ ਪਾਇਆ ਕੌਣ ਆਇਆ ਉਹ ਕਿਹੜੀ ਜਥੇਬੰਦੀ ਦਾ ਪੰਗੇ ਇੱਕ ਥੋੜੇ ਨੇ ਮੇਰੇ ਅੰਦਰ ਇਹ ਵੀ ਰੌਲਾ ਪਿਆ ਫੇ ਆਇਸ ਦਿਮਾਲੇ ਵਾਲਾ ਬੰਦਾ ਫਲਾਣੇ ਜੀ ਅਸੀਂ ਬੰਦੀ ਦਾ ਹੈ ਜੇ ਗੋਲਪੱਦੀ ਹੈ ਤੇ ਮੈਂ ਸੋਚਿਆ ਟਕਸਾਲੀ ਹੈ ਜੇ ਚਿੱਟੀ ਬੰਦੀ ਹੈ ਤੇ ਮੈਂ ਆਖਿਆ ਨਾਨਕਸਰੀਆ ਚੁੱਪ ਨਹੀਂ ਹੋਇਆ ਅੰਦਰੋਂ ਪਹਿਣਾ ਚੋਲੀ ਚ ਤਾਂ ਸੀ ਜੇ ਮੈਂ ਅੰਦਰੋਂ ਚੁੱਪ ਹੁੰਦਾ ਤੇ ਅੰਦਰੋਂ ਚੁੱਪ ਕਰਾਪੋ ਤੇ ਬੱਚੇ ਨੂੰ ਜਿਵੇਂ ਅੰਦਰੋਂ ਚੁੱਪ ਹੁੰਦਾ ਤੁਸੀਂ ਸੁਣਨ ਦੀ ਕੋਸ਼ਿਸ਼ ਕਰੋ ਤੇਰੇ ਘਰੋਂ ਕੋਈ ਅੱਜ ਤੱਕ ਮੇਰੇ ਤੇ ਵੀ ਰਹਿਮ ਕਰ ਮੈਂ ਸੁਣਿਆ ਹੈ ਸਹਿਬਾ ਤੇਰੀ ਅੰਮ੍ਰਿਤ ਬਾਣੀ ਸੁਣੀ ਵੀ ਜਿਹੜੀ ਤੇਰੇ ਨਾਮ ਵਾਲੀ ਗਲੀ ਆ ਇਹ ਮੁਕਤੀ ਦੀ ਗਲੀ ਆ ਮੁਕਤੀ ਦੀ ਜਿਹੜਾ ਜਿਹੜਾ ਇਸ ਰਾਹ 'ਚ ਤੁਰਿਆ ਹੈ ਉਹ ਜਿਉਂਦੇ ਜੀ ਮੁਕਤ ਹੋ ਗਿਆ ਮਰਨ ਤੋਂ ਬਾਅਦ ਨਹੀਂ ਨਾਮਦੇਵ ਨੇ ਕਿਹਾ ਮਹਾਰਾਜ ਮੇਰਨਾ ਇਹੋ ਜੀਆਂ ਗੱਲਾਂ ਨਾ ਕਰੋ ਵੀ ਜਦੋਂ ਤੂੰ ਮਰ ਜਾਏਂਗਾ ਨਾਮਦੇਵ ਮੈਂ ਤੈਨੂੰ ਮੁਕਤ ਕਰ ਦੂੰ ਮੈਂ ਸੌਦਾ ਇਸ ਤਰ੍ਹਾਂ ਦਾ ਨਹੀਂ ਹੋ ਕਰਨਾ ਭਗਤ ਬੜੀਆਂ ਸਿੱਧੀਆਂ ਗੱਲਾਂ ਕਰਦੇ ਜੇ ਤੁਸੀਂ ਕਦੀ ਭਗਤਾਂ ਦੀ ਤੇ ਰੱਬ ਦੀ ਗੋਸ਼ਟ ਸੁਣਨੀ ਬੜੀ ਅਜੀਬੋ ਕਰੀਬਾ ਜਿਉਂ ਹਮ ਬੰਦੇ ਮੁਫਾਸ ਹਮ ਪ੍ਰੇਮ ਬੰਧਨ ਤੁਮ ਬੰਦੇ ਆ ਇਧਰ ਮદાન ਚ ਰਬ ਨਾਲ ਸਿੱਧੀਆਂ ਗੱਲਾਂ ਤੂੰ ਤੇ ਸਾਨੂੰ 24 ਘੰਟੇ ਚੱਕਰ ਚ ਪਾਉਣਾ ਨਾ ਤੁਸੀਂ ਮੋਹ ਮਾਇਆ 'ਚ ਫਸੇ ਹੋ ਸੁਣ ਰਹੇ ਹੋ ਜੀ ਤੁਸੀਂ ਅਸੀਂ ਫੇਰ ਫਸਾਲਿਆ ਤੈਨੂੰ ਜੇ ਤੂੰ ਫਸਾਇਆ ਸਾਨੂੰ ਮੋਹ ਮਾਇਆ 'ਚ ਕਿੰਨੇ ਫਸਾਇਆ ਤੇ ਅਸੀਂ ਤੈਨੂੰ ਫਸਾਲਿਆ ਫੇਰ ਆ ਜਾ ਸਿੱਧਾ ਗੇਮ ਖੇਡ ਲੈ ਰਬਦਾਸ ਕਹਿ ਰਿਹਾ ਨਹੀਂ ਬਦਲ ਲੱਗ ਰਿਹਾ ਮੰਨਿਆ ਤੂੰ ਸਾਡੇ ਅੱਗੇ ਪੱਤਾ ਛੁੱਟਿਆ ਮੋਹ ਮਾਇਆ ਦਾ ਤੇ ਅਸੀਂ ਫਸ ਗਏ जे तू फसाया तो फसाया फिर असी भी हम प्रेम बंधन तुम, तुम बंदे दे तू बन दिया तो असी भी बन लिया आ जा फिर जो हम बंदे मो पास हम प्रेम बंधन तुम बंदे अपने छूटन को जतन करो हम छूटे तुम अराधे साढ़े को कोई तरह नहीं बहना ਮੈਨੂੰ ਪਤਾ ਤੂੰ ਸੁਣ ਰਹੀ ਨਹੀਂ ਮੇਰੀ ਭੈਣ ਸੁਣ ਨਹੀਂ ਰਹੀ ਜੇ ਕਿਤੇ ਜਿਹੜਾ ਜਿਹੜਾ ਆ ਬਚਨ ਸੁਣੂਗਾ ਨਾ ਅੰਦਰੋਂ ਨੱਚ ਉੱਠੂ ਗਿਰੂ ਸੁਣੂਗੀ ਜੜੀ ਬੜੀ ਤਗੜੀ ਗੇਮ ਆ ਚੰਗਾ ਜੇ ਤੂੰ ਸਾਨੂੰ ਫਸਾਇਆ ਤੇ ਅਸੀਂ ਹਏ ਤੁਸੀਂ ਕਹਿ ਨਹੀਂ ਸਕਦੇ ਰੱਬ ਨੂੰ ਭਗਤ ਕਹਿੰਦਾ ਹੈ ਤੂੰ ਭਗਤਾਂ ਕੇ ਵਾਸਿਆ ਨਾ ਅਗਲਾ ਕਹਿੰਦਾ ਚੰਗਾ ਇਸ ਤਰ੍ਹਾਂ ਤੇ ਫਿਰ ਇਸ ਤਰ੍ਹਾਂ ਹੀ ਸਹੀ ਪਹਿਲੀ ਗੱਲ ਤੇ ਤੂੰ ਸਾਨੂੰ ਕਿਉਂ ਫਸਾਇਆ ਫਿਰ ਮੂੰ ਮਾਇਆ ਚ ਤੂੰ ਕੁ ਫਸਾਇਆ ਜੇ ਤੂੰ ਫਸਾਇਆ ਤੇ ਆ ਜਾ ਫਿਰ ਹੁਣ ਗੇਮ ਖੇਡ ਅਸੀਂ ਤੈਨੂੰ ਫਸਾਇਆ ਹੁਣ ਸਾਡੇ ਕੋਲ ਇੱਕ ਵੇ ਹੈ ਇੱਕ ਰਸਤਾ ਹੈ ਅਸੀਂ ਤੇ ਤੇਰੀ ਅਰਦਾਸਾ ਕਰਕੇ ਛੁੱਟੇ ਜਾਗੇ ਤੂੰ ਦੱਸ ਕੇ ਦੀ ਅਰਦਾਸਾ ਕਰੇਗਾ ਸਾਡੇ ਕੋਲ ਤੇ ਰਾਹ ਹੈ ਹਮ ਛੁੱਟੇ ਤੁਮ ਆਪਣੇ ਛੁੱਟਣ ਕੋ ਉੱਚੀ ਕਿਉਂ ਨਹੀਂ ਬੋਲਦੇ ਆ ਚਿੱਟੀ ਪੱਗ ਵਾਲੇ ਨੂੰ ਬਾਣੀ ਨਹੀਂ ਆਉਂਦੀ ਆ ਪਿੱਛੇ ਬਿਠੇ ਜੱਟੇ ਦਮਾਲੇ ਵਾਲੇ ਬਜ਼ੁਰਗ ਬਾਣੀ ਨਹੀਂ ਆਉਂਦੀ ਬੋਲੋ ਨਾ ਆਪਣੇ ਛੁੱਟਣ ਕੋ ਯਤਨ ਕਰੋ ਬੋਲੋ ਆਪਣੇ ਛੁੱਟਣ ਕੋ ਯਤਨ ਕਰੋ ਫਸਾਉਣ ਵਾਲਿਆ ਅਸੀਂ ਵੀ ਫਸਾਇਆ ਫਿਰ ਤੈਨੂੰ ਆਪਣੇ ਛੁੱਟਣ ਕੋ ਯਤਨ ਕਰੋ ਸਾਡੇ ਕੋਲ ਤੇ ਇੱਕ ਵੇਹ ਹੈ ਕਿ ਹਮ ਛੁੱਟੇ ਤੁਮ ਮਦਵੇ ਜਨਤ ਹੋ ਜੈਸੀ ਤੈਸੀ ਅਬ ਕਹਾਂ ਕਰੋਗੇ ਐਸੀ ਆਵਮਦਾਨ ਚ ਭਗਤ ਨਾਮਦੇ ਵੀ ਬੜੀ ਖਰੀਜੀ ਗੱਲ ਸੁਣਾ ਰਿਹਾ ਕਹਿੰਦੇ ਨਹੀਂ 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 ਮੁਕਤੀ ਦੀਆਂ ਕਹਾਣੀਆਂ ਤੂੰ ਸਾਨੂੰ ਮਰਨ ਤੋਂ ਬਾਅਦ ਨਾ ਸੁਣਾ ਭਗਤ ਬੜਾ ਪਿਆਰਾ ਹੈ ਰੱਬ ਦਾ ਤੂੰ ਭਗਤਨ ਦਾ ਪਿਆਰਾ ਬੋਲੋ ਤੂੰ ਰੱਬ ਦਾ ਪਿਆਰਾ ਜਿਹੜਾ ਪਿਆਰਾ ਹੋਵੇ ਉਹਦੇ ਨਾਲ ਬੜੀਆਂ ਬੜੀਆਂ ਖੁੱਲੀਆਂ ਗੱਲਾਂ ਕਰ ਜੀਦੀਆਂ ਜਿਹੜਾ ਵੇਖਿਆ ਜੇ ਤੁਸੀਂ ਕਿੰਨੀਆਂ ਗੱਲਾਂ ਕਰਦੇ ਜਿਹਦੇ ਨਾਲ ਤੁਹਾਡਾ ਬੋਲਦੇ ਨਹੀਂ ਜੇ ਮਹਿਸੂਸ ਵੀ ਕਰੋ ਕਿ ਮੇਰੇ ਕਹਿਣ ਤੇ ਆ ਜਿਹਦੇ ਨਾਲ ਤੁਹਾਡਾ ਬੜੀਆਂ ਖੁੱਲੀਆਂ 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 ਪਤਾ ਉਹਨੇ ਮੇਰਾ ਗੁੱਸਾ ਨਹੀਂ ਕਰਨਾ ਮੈਂ ਉਹਦਾ ਗੁੱਸਾ ਨਹੀਂ ਕਰਨਾ ਤੋਹੀ ਮੋਹੀ ਮੋਹੀ ਤੋਹੀ ਮਨ ਫਰਕ ਕੀ ਤੂੰ ਮੈਨੂੰ ਦੋ ਕਹਿ ਲਿਆ ਓਹੋ ਗਰਮੀ ਲੱਗੀ ਛੜਵਾਲਾ ਪੱਖਾ ਅੱਖ ਵੇਗ ਰੂ ਵਾਹਿਗੁਰੂ ਭਗਤ ਨਾਮਦੇਵ ਕਹਿੰਦਾ ਨਹੀਂ ਨਹੀਂ ਮਰਨ ਤੋਂ ਬਾਅਦ ਮੁਕਤੀ ਵਾਲੀ ਕਹਾਣੀ ਨਾ ਕਰਨ ਮੂਏ ਹੋਏ ਮੁਕਤ ਦਿਓਗੇ ਧਿਆਨ ਦਿਓ ਨਾ ਮਰਨ ਤੋਂ ਬਾਅਦ ਪਰਮਜੀਤ ਸਿੰਘ ਮੁਕਤ ਹੋਇਆ ਕਿਸੇ ਨੂੰ ਕੀ ਪਤਾ ਮੁਕਤ ਹੋਇਆ ਕਿ ਨਹੀਂ ਮਰਨ ਤੋਂ ਬਾਅਦ ਕਬਲਜੀਤ ਸਿੰਘ ਮੁਕਤ ਹੋਇਆ ਕਿਸੇ ਨੂੰ ਕੀ ਪਤਾ ਹੈ ਜਿਉਂਦੇ ਧੀ ਮੁਕਤ ਕਰਨਾ ਹੁਣ ਅੱਖਾਂ ਖੁੱਲੀਆਂ ਸਵਾਸ ਚੱਲ ਰਿਹਾ ਸਰੀਰ ਤੁਰਿਆ ਫਿਰਦਾ ਹੈ ਮਗਰ ਰੱਬ ਕਹਿੰਦਾ ਤੂੰ ਮੁਕਤ ਹੋ ਗਿਆ ਵਾਸ਼ਨਾਵਾਂ ਤੋਂ ਕਾਹਦਾ ਵਾਸ਼ਨਾਵਾਂ ਤੋਂ ਨਿੰਦਾ ਤੋਂ ਚੁਗਲੀ ਤੋਂ ਦੁਈ ਤੋਂ ਦਵੇਤ ਤੋਂ ਕਰਤਾਂਨ ਮੁਕਤ ਤੁਸੀਂ ਵੇਖੇ ਨਹੀਂ ਰੱਬ ਦੇ ਪਿਆਰੇ ਕੋਈ ਨਿੰਦਾ ਨਹੀਂ ਕੋਈ ਚੁਗਲੀ ਨਹੀਂ ਮਗਰ ਬਹੁਤੇ ਨਹੀਂ ਹੁੰਦੇ ਆਖੋ ਵਾਹਿਗੁਰੂ ਬਹੁਤੇ ਨਾ 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 ਲੱਭੋਗੇ ਕਿਥੋਂ ਆਖ ਵੈਗਰੂ ਵੈਗਰੂ ਜਿਨ੍ਹਾਂ ਨੇ ਇਹਨਾਂ ਨੂੰ ਮੁਕਤ ਕੀਤਾ ਮੁਕਤਤਾ ਤੋਂ ਹੋਏ ਚੁਗਲੀ ਤੋਂ ਨਿੰਦਾ ਤੋਂ ਦੁਈ ਤੋਂ ਤਵੇਤ ਤੋਂ ਕਾਮ ਤੋਂ ਕ੍ਰੋਧ ਤੋਂ ਲੋਭ ਤੋਂ ਮੋਹ ਤੋਂ ਅਹੰਕਾਰ ਤੋਂ ਮੁਕਤ ਹੋਏ ਐਸੇ ਜੀਵ ਸੰਸਾਰ ਚ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਬਸਾਵੇ ਕਿੱਥੇ ਜਾ ਕੇ ਅਗੇ ਲਿਖਿਆ ਮੁਕਤ ਹੋਏ ਭਾਰ ਪਾਓ ਭਾਰ ਜਿਨ੍ਹਾਂ ਨੂੰ ਸੁਭ ਨਹੀਂ ਆਉਂਦੀ ਨਾਨਕ ਕਿਉਂ ਘੜਵਾ ਇਹੀਂ ਮੁਕਤ ਇੱਥੇ ਹੀ ਮੁਕਤ ਅੱਗੇ ਦੀ ਕਹਾਣੀ ਨਹੀਂ ਗਈ ਵੀ ਮੈਂ ਮਰਨ ਤੋਂ ਬਾਅਦ ਤੇਰੇ ਗਲ ਚ ਪਟਾ ਪਾਉਂ ਵੀ ਤੂੰ ਮੁਕਤ ਹੋ ਗਿਓ ਇੱਥੇ ਕਰਕੇ ਵਿਖਾਇਆ ਬਾਬਾ ਹਰਮਨ ਸਿੰਘ ਕਾਰਸੇ ਵਾਲੇ ਨੂੰ ਕਰਕੇ ਵਿਖਾਇਆ ਅਸੀਂ ਕੋਲ ਬਾਬਾ ਵੇਖਿਆ ਮੁਕਤ ਕੀਤਾ ਉਹਨੂੰ ਰੱਬ ਨੇ ਮੁਕਤ ਨਿੰਦਾ ਤੋਂ ਚੁਗਲੀ ਤੋਂ ਦੁਈ ਤੋਂ ਦਵੇਤ ਤੋਂ ਮੁਕਤ ਕੀਤਾ ਹੋਰ ਕਿੰਨੇ ਗੁਰਮਖ ਰੂਹਾਂ ਨੇ ਜਿਨ੍ਹਾਂ ਨੂੰ ਉਹਨੇ ਮੁਕਤ ਕੀਤਾ ਹੈ ਸਹਿਬਾ ਮੈਂ ਸੁਣਿਆ ਜਿਹੜੇ ਜਿਹੜੇ ਤੇਰੀ ਗਲੀ ਚੋਂ ਦੀ ਤੁਰੇ ਨੇ ਉਹ ਮੁਕਤ ਹੋ ਗਏ ਨਿੰਦਾ ਤੋਂ ਦੁਈ ਤੋਂ ਦੁਆਇ ਤੋਂ ਤੇ ਮੈਂ ਵੀ ਅੱਜ ਤਰਲਾ ਪਾਉਣੀ ਆ ਆਪਣਾ ਨਾਮ ਜਪਾਵੋ ਅਨਾਮ ਜਪਾਵੋ ਆਪਣਾ 85 ਸਾਲ ਦਾ ਬਜ਼ੁਰਗ ਫਤੇਗੜ ਸਾਹਿਬ ਖੁੰਡੀ ਲੱਕੇ ਤੁਰ ਰਿਹਾ ਹੈ ਤੁਰਿਆ ਜਾਂਦਾ ਨਹੀਂ ਚੋਲੇ ਦਾ ਪਿੱਛੋ ਪੱਲਾ ਫੜ ਲਿਆ ਅਕੂ ਵੈਰੂ ਵੈਰੂ ਖਾਲਸਾ ਜੀ ਮਾਣ ਗੁਰੂ ਘਰ ਦੇ ਚਰਨਾਂ 'ਚ ਸਹਬਜ਼ਾਦਿਆਂ ਦੇ ਚਰਨਾਂ 'ਚ ਮੇਰੀ ਅਰਦਾਸ ਕਰੋ ਮੈਂ ਕਿਹਾ ਬਾਪੂ ਪੋਤਰੇ ਮੰਗਦਾ ਹੈ ਦੋਤਰੇ ਮੰਗਦਾ ਹੈ ਕਹਿੰਦੇ ਨਹੀਂ ਨਹੀਂ ਹੁਣ ਕੋਈ ਮੰਗ ਨਹੀਂ ਰਹੀ ਹੁਣ ਕੀ ਦੋਖੀ ਕੀ ਅਰਦਾਸ ਕਰਾਉਣੀ ਚਾਹੁੰਦਾ ਹੈ ਵਾਸ਼ਨਾ ਸਤਾਉਂਦੀ 85 87 ਸਾਲ ਉੱਠ ਕੇ ਤੁਰਿਆ ਨਹੀਂ ਜਾਂਦਾ ਵਾਸ਼ਨਾ ਪਿੱਛਾ ਨਹੀਂ ਛੱਡਦੀ ਵਕਾਰ ਪਿੱਛਾ ਨਹੀਂ ਛੱਡਦੇ ਮੇਰੇ ਮਾਲਕ ਮੈਂ ਸੁਣਿਆ ਜਿਹੜੇ ਜਿਹੜੇ ਨਾਮ ਜਪਣ ਲੱਗ ਪੈਂਦੇ ਆ ਸਤਗੁਰ ਸਿੱਖ ਕੇ ਬੰਧਨ ਕਾਟਿਆ ਗੁਰ ਕਾ ਸਿਖ ਸਤਗੁਰ ਸਿੱਖ ਕਹੋ ਨਾਮ ਨਿਮੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਨਾਬੀ ਜਿਹੜੀ ਧੁੰਨੇ ਵਾਲੀ ਜਗ੍ਹਾ ਉੱਤੇ ਵਾਹਿਗੁਰੂ ਕੋ ਸਤਨਾਮ ਸ੍ਰੀ ਵਾਹਿਗੁਰੂ ਜਿਨੀ ਤੇਰਾ ਨਾਮ ਤੇ ਆਇਆ ਧਿਆਨ ਦਿਓ ਜਿਨੀ ਤੇਰਾ ਨਾਮ ਤੇ ਆਇਆ ਸਹਿਬਾ ਮੈਂ ਸੁਣਿਆ ਜਿਨ੍ਹਾਂ ਜਨਾਂ ਨੇ ਤੇਰਾ ਨਾਮ ਤੇ ਆਇਆ ਉਹਨਾਂ ਨੂੰ ਤੂੰ ਸਦਾ ਭੇਜਦਾ ਮੇਰੇ ਘਰ ਆਜੋ ਤੈਨ ਕੋ ਸਦ ਮਿਲੇ ਤੈਨ ਕੋ ਆਦਮ ਨੇ ਸੱਦੜਾ ਸੱਦੜਾ ਮਨੇ ਸੁਨੇਹਾ ਜਿਹੜੇ ਜਿਹੜੇ ਤੇਰਾ ਨਾਮ ਜਪਦੇ ਨਾ ਉਹਨਾਂ ਨੂੰ ਤੂੰ ਮੈਸੇਜ ਭੇਜਦਾ ਹੈਂ ਤੂੰ ਘਰ ਆਓ ਬੋਲੋ ਤੂੰ ਘਰ ਆਓ ਇਹ ਕੀ ਹੈ ਇਹ ਕੀ ਹੈ ਮੈਸੇਜ ਨਹੀਂ ਮੇਰੇ ਉਹ ਮਿੱਤਰੋ ਗੁਰਸਿੱਖੋ ਘਰ ਮੋੜ ਆਓ ਘਰ ਮੋੜ ਆਓ ਜਿੰਨੀ ਤੇਰਾ ਨਾਮ ਧਿਆਇਆ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਦਿੱਲੀ ਦਾ ਸੀਐਮ ਤੁਹਾਨੂੰ ਸਨਾਹ ਭੇਜੇ ਪੰਜਾਬ ਦਾ ਸੀਐਮ ਕਿਸੇ ਇਲਾਕੇ ਦਾ ਸੀਐਮ ਤੁਹਾਨੂੰ ਸਨਾਹ ਭੇਜੇ ਵੀ ਮੇਰੇ ਘਰ ਆਉ ਸਿਪਾਈ ਰੋਕ ਸਕਦਾ ਬੋਲੋ ਨਾ ਜਦੋਂ ਇਹਨੇ ਸਨਾਹ ਭੇਜਿਆ ਮੇਰੇ ਕੋਈ ਯਮ ਕੋਈ ਰਾਹ ਚ ਨਾਕਾ ਲਾਉਣ ਵਾਲਾ ਰੋਕ ਸਕਦਾ ਗਾਜੀ ਕੇ ਬੋਲੇ ਚੌਂਕੜਾ ਧੀਏ ਮਾਰ ਚੌਂਕੜਾ ਮਾਰੋ ਸੁਣੀ ਤਰਾ ਇਤਨੇ ਜਿਹ ਦਿਨ ਇਨੇ ਬੁਲਾਇਆ ਤੂੰ ਘਰ ਆਓ ਆਖਿਆ ਜੀ ਰਾਜ ਰੋਕਦੇ ਬੜੇ ਨੇ ਰਾਜ ਰੋਕਦੇ ਬੜੇ ਨੇ ਦੋਖੀ ਬੜੇ ਨੇ ਤੇਰੇ ਘਰ ਤੱਕ ਆਉਣ ਨਹੀਂ ਦਿੰਦੇ ਹਾਜ਼ਰ ਜੀ ਸੁਣ ਵੀ ਰਿਹਾ ਕਿ ਨਹੀਂ ਹਾਜ਼ਰ ਜੀ ਮਾਰਾ ਤੇਰੇ ਘਰ ਨੂੰ ਤੁਰਦਾ ਕਾਮ ਰੋਕਦਾ ਹਾਜ਼ਰ ਹੈ ਕ੍ਰੋਧ ਰੋਕਦਾ ਲੋਭ ਰੋਕਦਾ ਮੋਹ ਰੋਕਦਾ ਅੰਕਾਰ ਰੋਕਦਾ ਅੱਗੇ ਹੋ ਕੇ ਖਲੋ ਜੰਦੇ ਨੇ ਆਉਣ ਨਹੀਂ ਦਿੰਦੇ ਤੇਰੇ ਤੱਕ ਅੱਖ ਵੇਗ ਰੂ ਇੱਛਾਵਾਂ ਰੋਕਦੀਆਂ ਇੱਛਾਵਾਂ ਰੁਕਦੀਆਂ ਤੇਰੇ ਸਾਹਮਣੇ ਆਵਾਂ ਗਲ ਵਕੜੀ ਪਾਉਣ ਲੱਗਦੀ ਐ ਤੈਨੂੰ ਮਗਰ ਇੱਛਾ ਜਨਮ ਲੈ ਲੈਂਦੀ ਐ ਐਸਾ ਹੁੰਦਾ ਐ ਕਿ ਨਹੀਂ ਬੋਲੋ ਨਾ ਲਗ ਸਦਾ ਕਰਕੇ ਵੇਖੋ ਸੁਚੇਤ ਹੋ ਕੇ ਜੇ ਤੇ ਤੁਸੀਂ ਸੁਣੋਗੇ ਗੁਰੂ ਦਾ ਲੈਸਮ ਤੇ ਸਜਮੂ ਚੀ ਪਾਸ ਹੋ ਜਾਓਗੇ ਪੇਪਰ ਤੇ ਤੁਹਾਡਾ ਤੇ ਮੇਰਾ ਸਾਰਿਆਂ ਦਾ ਹੋਣਾ ਐ ਤੁਹਾਡਾ ਤੇ ਮੇਰਾ ਸਾਰਿਆਂ ਦਾ ਪੇਪਰ ਹੋਣਾ ਐ ਉਹਦੇ ਚੋਂ ਨੰਬਰ ਵੀ ਲੈਣੇ ਨੇ 100 100 1ਵੀਂ ਨੰਬਰ ਘੱਟ ਵਾਲਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰ ਤੇ ਪ੍ਰਵਾਨ ਨਹੀਂ ਹੋਣਾ ਐਵੇਂ ਕਿਤੇ ਦਰਦ ਉਹ ਦਿਹਾੜਾ ਮਹਾਰਾਜ ਇਹ ਦੋਖੀ ਬਣ ਕੇ ਮੈਨੂੰ ਰੋਕਦੇ ਕੰਮ ਅੱਗੇ ਖਲੋ ਜਾਂਦਾ ਹੈ ਤੇਰੇ ਤਾਂ ਕੌਣ ਲੱਗਦਾ ਵਾਸ਼ਨਾ ਅੱਗੇ ਖਲੋ ਜਾਂਦੀ ਅੱਗੇ ਨਹੀਂ ਆਉਂਦੇ ਸਮਝ ਰਹੇ ਹੋ ਗੁੱਸਾ ਨਿੱਕੀ ਜੀ ਗੱਲ ਤੋਂ ਆ ਜਾਂਦਾ ਹੈ ਫਿਰ ਤੇਰੀ ਤੇ ਮੇਰੀ ਦੂਰੀ ਪੈ ਗਈ ਅੱਖ ਵੇਗ ਰੋ ਲੋਭ ਆ ਗਿਆ ਤੇਰੀ ਤੇ ਮੇਰੀ ਦੂਰੀ ਪੈ ਗਈ ਮੋਹ ਆ ਗਿਆ ਤੇਰਾ ਤੇ ਮੇਰਾ ਫਿਰ ਫੈਸਲਾ فاਸਲਾ ਹੋ ਗਿਆ ਹੰਕਾਰ ਆ ਗਿਆ ਫਿਰ ਤੇ ਮੈਂ ਬਹੁਤ ਦੂਰ ਚਲੇ ਗਈ ਹੰਕਾਰ ਨੇ ਤੇ ਬਹੁਤ ਦੂਰ ਲੈ ਗਿਆ ਮੇਰੇ ਸਾਹਿਬ ਨੇ ਭਰੋਸਾ ਦਿੱਤਾ ਤੂੰ ਇੱਕ ਕਦਮ ਤੁਰ ਮੇਰੇ ਵੱਲ ਹਾਜ਼ਰ ਹੋ ਤੂੰ ਬੋਲੋ ਤੇ ਸਹੀ ਮੈਂ ਛਤੜੀ ਕਰ ਦੂੰ ਮੈਂ ਛਤੜੀ ਕਰ ਦੂੰ ਤੇਰੇ ਉੱਤੇ ਤੇਰੇ ਦੋਖੀ ਹਰ ਆਪ ਨਵਾਰੇ ਇਹ ਜਿਹੜੇ ਤੇਰੇ ਦੋਖੀ ਨੇ ਨਾ ਇਹ ਜਿਹੜੇ ਲੋਕਾਂ ਤੋਂ ਡੰਨ ਲੈਂਦੇ ਆ ਕੀ ਗੱਲ ਹੋ ਗਈ ਅਮਰਜੀਤ ਕੀ ਹੋਇਆ ਜੀ ਵੇਖ ਤੈਨੂੰ ਪਤਾ ਇਹ ਹੋਇਆ ਛੇਤੀ ਮਨ ਜੀ ਦਾ ਹੁੰਦਾ ਵੀ ਇੱਧਰ ਉੱਧਰ ਕਿਤੇ ਧਿਆਨ ਗਿਆ ਸੀ ਬੱਚੇ ਹੋ ਕੇ ਇਤਨਾ ਨਹੀਂ ਕਰੀਦਾ ਵੀ ਨਹੀਂ ਕੁਝ ਨਹੀਂ ਹੋਇਆ ਹੋਇਆ ਮੰਨੂ ਵੀ ਮਨ ਟਕਾਉਣ ਲੱਗਿਆ ਇੱਧਰ ਉੱਧਰ ਕਿਤੇ ਨਿਗਾਹ ਗਈ ਐ ਮਹਾਰਾਜ ਮੈਂ ਤੁਰਨ ਲੱਗਾ ਸਾਂ ਤੇਰੇ ਘਰ ਨੂੰ ਤੇ ਰਸਤੇ ਦੇ ਵਿੱਚ ਇਹਨਾਂ ਨੇ ਮੈਨੂੰ ਰੋਕ ਲਿਆ ਰੋਕਿਆ ਉਹਨਾਂ ਨੇ ਜਿਹੜੇ ਬੜੇ-ਬੜੇ ਭਗਤਾਂ ਸੰਤਾਂ ਮਹੰਤਾਂ ਕੋਲੋਂ ਡੰਨ ਲੈਂਦੇ ਬੜੇ-ਬੜੇ ਮਹਾਤਮਾ ਵਾਂ ਬੜੀਆਂ-ਬੜੀਆਂ ਤਪਸਵੀ ਰੂਹਾਂ ਨੂੰ ਰਾਹ 'ਚ ਰੋਕ ਲੈਂਦੇ ਰੋਕਦੇ ਕਿ ਨਹੀਂ ਪੰਜ ਬੋਲੋ ਨਾ ਰੋਕ ਲੈਂਦੇ ਇਹਨੇ ਆਖਿਆ ਕੋਈ ਗੱਲ ਨਹੀਂ ਕਿੱਥੇ ਨਹੀਂ ਆਵਾਜ਼ ਆ ਰਹੀ ਹੈ ਨਹੀਂ ਹੁਣ ਬਿਲਕੁਲ ਆਪਣਾ ਦਾ ਗੀਤ ਆਖੋ ਵੈਗੁਰੂ ਵੈਗੁਰੂ ਪ੍ਰੋਸਾਦੇਤਾ ਉਹਨੇ ਸੁਣੋ ਜੀ ਸਕਤਾਰ ਸਾਹਿਬ ਪ੍ਰੋਸਾਦੇਤਾ ਉਹਨੇ ਜਿਹੜੇ ਜਗਤ ਕੋਲੋਂ ਦਾਨ ਲੈਂਦੇ ਨੇ ਦੰਨ ਦਾਨ ਵਣੇ ਦੰਨ ਜਗਤ ਪਾਸ ਜੋ ਲੇਤੇ ਧਾਨ ਜਿਹੜੇ ਬੜੀ ਬੜੀਆਂ ਤਪਸਵੀ ਰੂਹਾਂ ਨੂੰ ਡੰਨ ਲਾਉਂਦੇ ਨੇ ਨਾ ਤੂੰ ਮੇਰੇ ਵੱਲ ਤੁਰ ਤੇ ਜਦੋਂ ਤੈਨੂੰ ਇਹ ਪੁੱਛਣਗੇ ਤੂੰ ਕਹੋ ਆਖੀ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਾਂ ਜਦੋਂ ਤੂੰ ਇੱਧਰ ਨੂੰ ਤੁਰੇਂਗਾ ਨਾ ਤੇ ਮਾਨ ਨਾਲ ਆਖੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਕਰਦਾ ਨਾ ਫਿਰ ਕੰਮ ਇਹਦਾ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਾਂ ਤੇ ਵੇਖੀ ਪੁੱਤ ਇੱਧਰ ਮੇਰਾ ਨਾਮ ਲਿਆ ਤੇ ਗੋਬਿੰਦ ਭਗਤ ਕੋ ਕਰਤ ਇਹ ਤਰ੍ਹਾਂ ਬਾਣੀ 'ਚ ਲਿਖਿਆ ਦੇ ਤੂੰ ਇੱਕ ਵਾਰ ਨਾਂ ਲਈ ਮੇਰਾ ਨਹੀਂ ਪਤਾ ਲੱਗਾ ਹੁਣ ਇੱਥੇ ਸੀਐਮ ਸਾਹਿਬ ਦੇ ਘਰ ਤੁਸੀਂ ਜਾਣਾ ਹੋਵੇ ਤੇ ਰਾਹ ਦੇ ਵਿੱਚ ਸਿਪਾਈ ਰੋਕੇ ਤੇ ਤੁਸੀਂ ਕਹਾਂ ਕੋਈ ਵੀ ਮੈਂ ਕਿੱਥੇ ਚੱਲਿਆ ਬੋਲੋ ਨਾ ਤੇ ਤਿੰਨ ਪੈਸੇ ਦਾ ਸਿਪਾਈ ਐ ਕਰਦਾ ਕਿ ਨਹੀਂ ਤੇ ਜਦੋਂ ਤੁਸੀਂ ਨਾਂ ਲੋਗੇ ਵੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਾਂ ਤੇ ਜਿਉਂਦਾ ਹੀ ਮੁਕਤਾਂ ਧਿਆਨ ਦਿਓ ਇਹ ਵੀ ਗੱਲ ਜਿਉਂਦਾ ਹੀ ਆ ਮੇਰੇ ਕੋਲ ਸਰਟੀਫਿਕੇਟ ਆ ਤੇ ਮੈਂ ਚੱਲਿਆ ਆਪਣੇ ਘਰ ਆਪਣੇ ਘਰ ਗੋਬਿੰਦ ਭਗਤ ਕੋ ਕਰਤ ਸਲਾਮ लूट ਲੈ ਸਖਤ ਪਤ ਖੋਵੇਂ ਇਹ ਜਿਹੜੇ ਪੰਜ ਨੇ ਸਖਤ ਇਨਸਾਨ ਦੀ ਕਰਤਾ ਖਿਲਾਫ ਜਾ ਰਹੇ ਨੂੰ ਗੱਡ ਕਰੇ ਅੱਖ ਵੈਗਰੂ ਬੜਾ ਬੜਾ ਆਨੰਦ ਬਣਿਆ ਪਿਆ ਸੀ ਉੱਥੇ ਲੈ ਜਾਓ ਕੋਈ ਗੱਲ ਨਹੀਂ ਜਿਹਨੇ ਸੁਣਨਾ ਅੰਦਰ ਆ ਜਾਏ ਉੱਥੇ ਉੱਥੇ ਲੈ ਜਾ ਮੇਰਾ ਪੁੱਤ ਆਖੋ ਵੇਗ ਰੂ ਵੇਗ ਰੂ ਲੂਟ ਲੈ ਸਾਖਤ ਪਤ ਖੋਵੇਂ ਇਹ ਜਿਹੜੇ ਪੰਜ ਨੇ ਇਹ ਸਾਖਤ ਨੂੰ ਲੁੱਟ ਲਿੰਦੇ ਤੇ ਉਹਨਾਂ ਦੀ ਇੱਜ਼ਤ ਖਰਾਬ ਕਰ ਦਿੰਦੇ ਮਗਰ ਉਹਨੇ ਕਿਹਾ ਤੂੰ ਤੁਰ ਮੇਰੇ ਘਰ ਨੂੰ ਤੇਰੇ ਪੈਰ ਧੋਣਗੇ ਇਹ ਪੰਜੇ ਤੇਰੇ ਪੈਰ ਧੋਣਗੇ ਲੂਟ ਲੈ ਸਾਖਤ ਪਤਖ ਹੋਵੇਂ ਸਾਧ ਜਨਾ ਪਗ ਮਲਮਲ ਧੋਵੇਂ ਤੇਰੇ ਪੈਰ ਧੋਣਗੇ ਇਧਰ ਮੇਰੇ ਘਰ ਨੂੰ ਕਦਮ ਤੇ ਰੱਖ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਤੇ ਪੰਜੇ ਤੇਰੇ ਪੈਰ ਧੋਣਗੇ ਵਾਹ ਗੁਰੂ 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 ਆਹ ਭਾਈ ਗੁਰੂ 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 ਭਾਈ ਅਕਾਲ ਸਤਨਾਮ ਸ੍ਰੀ ਵਾਹਿਗੁਰੂ ਤੂੰ ਤੂੰ ਮਨ ਘਰ ਆਓ ਮੇਰੇ ਮੀਤਾਂ ਵਾਜਾਂ ਮਾਰਨ ੜਿਆ ਮੇਰੇ ਮਿੱਤਰੋ ਘਾਰ ਹੀ ਨਹੀਂ ਨਾ ਅੱਜ ਕੌਮ ਦਾ 97% ਹਿੱਸਾ ਪੰਡਤਾਂ ਕੋਲ ਜਾਂਦਾ ਹੈ ਕਿੱਥੇ ਜੀ ਐਸ ਗੁਰਦੁਆਰੇ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਨੇ ਨਾ ਜਿਹੜੇ ਅੱਜ ਦਿਨੇ ਮੈਂ ਉਹਨਾਂ ਕੋਲ ਬੈਠਾ ਸਾਂ ਤੇ ਉਹ ਮੈਨੂੰ ਕਹਿੰਦੇ ਸੀ ਵੀ ਮੇਰੇ ਘਰ ਕੋ ਆਇਆ ਤੇ ਉਹ ਕਹਿੰਦਾ ਵੀ ਮੂੰਹ ਐਨੂੰ ਕਰ ਮਕਾਨ ਦਾ ਮੂੰਹ ਐਨੂੰ ਕਰ ਵਸਤੂ ਸ਼ਾਸਤਰ ਇਹ ਕੁਝ ਕਹਿੰਦਾ ਆਖਰ ਵਸਤੂ ਸ਼ਾਸਤਰ ਤੁਹਾਡੇ ਘਰਾਂ ਚ ਵੜਿਆ ਹੀ ਆ ਨਾ ਫਿਰ ਮੇਰੇ ਘਰ ਚ ਆਣ ਕੇ ਕੋਈ ਆਣ ਕੇ ਇਹ ਗੱਲ ਸੁਣਾਵੇ ਵੀ ਰਸੋਈ ਦਾ ਮੂੰਹ ਐਨੂੰ ਕਰ ਤੇ ਵੜ ਚੁੱਕਿਆ ਏ ਖੈਰ ਉਹਨਾਂ ਨੇ ਤੇ ਕਿਹਾ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਵੀ ਮੇਰੇ ਘਰ ਚ ਤੇ ਮੈਨੂੰ ਡਾਇਰੈਕਸ਼ਨ ਦੇਣ ਵਾਲਾ ਗੁਰੂ ਗ੍ਰੰਥ ਸਾਹਿਬ ਆ ਜੋ ਉਹਨਾਂ ਨੇ ਮੈਨੂੰ ਸੁਣਾਇਆ ਤੇ ਸਿੱਖ ਸੁਣਾਵੇ ਵੀ ਇਹ ਅਖ ਵੈਗੁਰੂ ਵੈਗੁਰੂ ਸਿੱਖ ਨੂੰ ਡਾਇਰੈਕਸ਼ਨ ਕੌਣ ਦੇਵੇ ਫਿਰ ਸੋਈਦਾ ਮੂੰਹ ਕਿ ਇਹਨੂੰ ਰੱਖਣਾ ਹੈ ਮੈਨੂੰ ਪੰਡਤ ਕੋ ਦੱਸੇ ਭਈ ਬੋਲੋ ਨਾ ਇੱਕ ਵਾਰ ਮਰਦ ਬਣ ਕੇ ਮੈਨੂੰ ਮੈਨੂੰ ਮੁੱਲਾ ਕੋ ਦੱਸੇ ਪੰਡਤ ਮੁੱਲਾ ਜੋ ਲਿਖਦੀ ਆ ਸ਼ਰਦਾ ਸੀ ਦਿਓ ਮਗਰ ਅਜੇ ਵੀ 97% ਕੌਮ ਦੇ ਵਿੱਚੋਂ 3% ਲੋਕ ਨਿਕਲੇ ਨੇ ਜਿਹੜੇ ਤਤਪੇਤਾ ਨੇ ਤਤਵੇਤਾ ਤਤਵੇਤਾ ਜਿਨ੍ਹਾਂ ਦਾ ਧਿਆਨ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਕੇ ਰਾਹ ਤੇ ਤੁਰਦੇ ਮਹਾਰਾਜ ਮਕਾਨ ਬਣਾਵਾ ਤੇ ਮੂੰਹ ਕਿ ਇਹਨੂੰ ਰੱਖਾਂ ਉਹ ਕਹਿੰਦਾ ਜਿੱਦਰ ਨੂੰ ਮਰਜ਼ੀ ਰੱਖ ਲੈ ਮੈਂ ਐਂ ਖਲੋਤਾ ਜਿੱਹਾਂ ਜਾਂ ਵੇਖੂ ਜਿੱਧਰ ਪੁੱਤ ਵੇਖੇਗਾ ਅਸ਼ੁਭ ਤੇ ਤਾਂ ਹੋਊਗਾ ਕੋਈ ਸੈਡ ਇਸ ਤਰ੍ਹਾਂ ਦੀ ਹੋਊਗੀ ਜਿੱਥੇ ਮੈਂ ਨਹੀਂ ਚਤਰ ਚੱਕਰ ਵਾਸੀ ਚਤਰ ਚੱਕਰ ਬੋਲਦੇ ਨਹੀਂ ਤੁਸੀਂ 74 ਚੱਕਰ ਚੌਵਾਂ ਪਾਸਿਆਂ ਚ 74 ਚੱਕਰ ਧਾਨਿਆ ਮੈਂ ਚੌਵਾਂ ਚੱਕਾ ਚ ਵਿਕੇ ਰੋਟੀ ਵੰਡਣ ਦੇ ਆ ਜਿੱਦਨ ਨੂੰ ਰਸੋਈ ਦਾ ਮੂੰਹ ਕਰੇਗਾ ਮੈਂ ਉੱਥੋਂ ਹੀ ਭਰ ਦੂੰ ਮਗਰ ਟੁੱਟ ਗਈ ਨਾ ਸਿੱਖ ਸੰਗਤ ਵੀ ਪੰਡਤਾ ਮੁੱਲਾਂ ਦੇ ਚੱਕਰਾਂ ਚ ਪੈ ਗਈ ਨਾ ਫਿਰ ਤੂੰ ਘਰ ਆਵੋ ਮੇਰੇ ਮੀਤ ਤੁਮਰੇ ਦੋਖੀ ਹਰ ਆਪਨਵਾਰੇ ਅਪਦਾ ਪਹੀ ਬਤੀਤ ਜਿਨ ਤੁਮ ਭੇਜੇ ਤਿਨੇ ਬੁਲਾਏ ਸੁਖ ਸਹਿਜ ਸਤੀ ਘਰ ਆਓ ਮੇਰੇ ਪੁੱਤਰੋ ਘਰ ਨੂੰ ਮੋੜਾਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਗੁਣ ਗਾਓ ਸਹਿਜ ਧੁਨ

그루, 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 그루 ਕੋ ਸਤਨਾਮ ਸ੍ਰੀ ਵਾਇਗੁਰੂ ਅੰਪਰਲੇ ਵਿਚਾਰ ਖਲਾਰੋ ਤੇ ਫਿਰ ਸੁਣੋ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਫਿਰ ਨੇਤਲ ਰਾਜ ਕਮਾਓ ਰਾਜ ਰਾਜ ਜਿਹੜਾ ਤੁਸੀਂ ਮੰਗਦੇ ਫਿਰਦੇ ਜੇ ਨਾ ਇਧਰ ਪਾਰਲੀਮੈਂਟ ਵੱਲ ਨੂੰ ਮੂੰਹ ਕਰਕੇ ਜੀ ਸਾਨੂੰ ਰਾਜ ਦਿਓ ਮੰਗਦੇ ਹੋ ਕਿ ਨਹੀਂ ਕਦੀ 7 ਲੱਖ ਸੈਨ ਕਰਾ ਕੇ ਕਦੀ 10 ਲੱਖ ਸੈਨ ਕਰਾ ਕੇ ਸਾਨੂੰ ਜੀ ਰਾਜ ਚਾਹੀਦਾ ਉਹ ਕਦੀ ਪਖਾਰੀ ਵੀ ਕਿਸੇ ਨੂੰ ਕੁਝ ਦਿੰਦਾ ਹੈ ਬੋਲੋ ਨਾ ਤੁਸੀਂ ਦੱਸੋ ਆਖੋ ਵੇਗਰੂ ਪਖਾਰੀ ਵੀ ਦਿੰਦਾ ਕਿਸੇ ਨੂੰ ਕੁਝ ਇੱਧਰ ਹੱਥ ਜੋੜੋ ਇੱਧਰ ਦਾਤਾ ਹੈ ਜਿਸ ਦਿਨ ਕੌਮ ਨੇ ਇਹਦੇ ਅੱਗੇ ਹੱਥ ਜੋੜੇ ਨਾ ਤੇ ਉਹਨੇ ਤੁਹਾਨੂੰ ਚੇਤਾ ਕਰਉਣਾ ਮੈਂ ਤੇ ਰਾਜਪੁੱਤ ਤੁਹਾਨੂੰ ਦੇਖ ਕੇ ਗਿਆ ਤੁਸੀਂ ਸੋ ਗਏ ਹੋ ਕਿੰਨੇ ਨੇ ਇਤਨੀ ਮਗਾ ਇਹਨੇ ਪੁੱਛਣਾ ਹੈ ਨਾ ਤੇ ਪਾਰਲੀਮੈਂਟ ਵਾਲਿਆਂ ਤੁਹਾਨੂੰ ਪੁੱਛਣਾ ਨਹੀਂ ਵੀ ਨਿਤਨੇਮ ਕਰਦੇ ਹੋ ਕਿ ਨਹੀਂ ਨਹੀਂ ਪਤਾ ਲੱਗਾ ਜੀ ਜਿਨ੍ਹਾਂ ਕੋਲੋਂ ਰਾਜ ਮੰਗਣ ਜਾਂਦੇ ਹੋ ਇਹਨਾਂ ਨੇ ਤੁਹਾਨੂੰ ਪੁੱਛਣਾ ਹੈ ਬੋਲੋ ਵੀ ਨਿਤਨੇਮ ਕਰਦੇ ਹੋ ਇਹਨੇ ਇਹਨੇ ਪੁੱਛਣਾ ਵੀ ਨਿਤਨੇਮ ਕਰਦੇ ਹੋ ਤੇ ਮੈਂ ਤੁਹਾਨੂੰ ਰਿਮਾਈਂਡ ਕਰਾਵਾਂ ਵੀ ਰਾਜ ਤੇ ਮੈਂ ਤੁਹਾਨੂੰ ਇਨ ਗਰੀਬ ਸਿੱਖਣ ਕੋ ਦੇਉਂ ਪਾਤਸ਼ਾਹੀ ਦੇ ਕੇ ਗਿਆ ਤੁਸੀਂ ਜਿਹੜੇ ਸੰਭਾਲਣ ਵਾਲੇ ਸੋ ਸ਼ਰਾਬ ਦੀ ਗਲਾਸੀ ਚ ਡੁੱਬ ਗਏ ਫਿਰ ਤੁਸੀਂ ਰਾਜ ਮੰਗਦੇ ਹੋ ਹਾਜ਼ਰ ਹੋ ਕਾਦੀ ਚ ਡੁੱਬ ਗਏ ਤੁਸੀਂ ਮੀਟ ਦੀ ਕੌਲੀ ਚ ਡੁੱਬ ਗਏ ਤੁਹਾਡੀ ਸੁਰਤ ਮੀਟ ਦੀ ਕੌਲੀ ਚ ਕਟੋਰੀ ਚ ਡੁੱਬ ਗਈ ਤੁਸੀਂ ਭੰਗੜੇ ਨਾਚਾਂ ਇਸ ਦੁਨੀਆ ਦੇ ਸੁੱਖਾਂ ਏਸੀਆਂ ਵਿੱਚ ਡੁੱਬ ਗਏ ਤੁਹਾਡੇ ਘਰ ਅੰਮ੍ਰਿਤ ਵੇਲੇ ਉੱਠਣ ਨੂੰ ਟਾਈਮ ਨਾ ਰਿਹਾ ਪੁੱਤਰ ਅੱਜ ਸਾਹਮਣਾ ਕਿੰਨੇ ਆ ਨਰਪਤ ਇੱਕ ਸੰਗਾਸਣ ਸੋਇਆ ਫਿਰ ਬੋਲੋ ਨਰਪਤ ਇੱਕ ਸੰਗਾਸਣ ਸੋਇਆ ਗਰੀਬਾਂ ਨੂੰ ਦੇਖ ਕੇ ਰਾਜ ਗਿਆ ਸੀ ਤੁਹਾਡੇ ਚ ਗਰੀਬੀ ਹੈ ਗਈ ਆ ਤੁਹਾਡੇ ਚ ਕੀ ਪੁੱਛਿਆ ਗੁਰੂ ਸਾਹਿਬ ਨੇ ਤੁਹਾਡੇ ਚੋ ਗਰੀਬੀ ਘਵਾਚ ਕੀ ਤੇ ਰਾਜ ਘਵਾਚ ਗਿਆ ਬਸ ਮੈਂ ਤੇ ਗਰੀਬ ਨੂੰ ਰਾਜ ਦਿੱਤਾ ਸੀ ਗਰੀਬ ਨੂੰ ਗਰੀਬ ਨੂੰ ਗਰੀਬ ਉਹਨੂੰ ਨਹੀਂ ਜਿਹੜੇ ਘਰ ਘਰ ਨਾ ਹੋਵੇ ਪੈਸਾ ਨਾ ਹੋਵੇ ਨਿਮਰਤਾ ਤੁਹਾਡੀ ਨਿਮਰਤਾ ਗਵਾਚ ਗਈ ਰਾਜ ਗਵਾਚ ਗਿਆ ਗਵਾਚੀਆ ਕਿ ਨਹੀਂ ਸਿੱਖ ਕੋਲ ਅੱਜ ਬੋਲੋ ਜਿਹੜਾ ਗੁਰਦੁਆਰਾ ਬਣਦਾ ਉੱਥੇ ਪਵਾੜਾ ਪੈਂਦਾ ਹੈ ਕਿ ਨਹੀਂ ਬੋਲੋ ਹਰ ਗੁਰਦੁਆਰੇ ਦੇ ਵਿੱਚ ਇੱਕ ਦੂਸਰੇ ਦੀਆਂ ਲੱਤਾਂ ਲੋਕੀ ਖਿੱਚਦੇ ਕਿ ਨਹੀਂ ਇਹ ਅਹੰਕਾਰ ਲੜਦਾ ਹੈ ਬੰਦਾ ਨਹੀਂ ਲੜਦਾ ਬੰਦੇ ਦੀ ਕੋਈ ਲੜਾਈ ਨਹੀਂਗੀ ਵਿੱਚੋਂ ਅਹੰਕਾਰ ਲੜਦਾ ਹੈ ਇਨਸਾਨ ਦਾ ਹੇ ਮੇਰੇ ਵਰਗਾ ਕੌਣ ਮੇਰੇ ਸਾਹਮਣੇ ਕੌਣ ਤੁਸੀਂ ਅੱਜ ਰਾਜ ਜੇ ਮੰਨ ਲਓ ਇੱਕ ਕਰਾਮਾਤ ਹੋ ਜੇ ਤੁਹਾਨੂੰ ਰਾਜ ਮਿਲ ਜਾਏ ਅੱਜ ਦੀ ਦਿਹਾੜੀ ਅੱਜ ਦੇ ਦਿਨ ਚ ਤੁਹਾਨੂੰ ਕੋ ਰਾਜ ਦੇ ਦੇ ਤਿਆਰ ਜਿਸ ਵਲਣੂ ਬੋਲੋ ਐਨੀਖਾ ਐਨੀ ਧਵੇਤ ਸਿੱਖ ਨੂੰ ਸਿੱਖ ਵੇਖ ਕੇ ਰਾਜੀ ਨਹੀਂ ਤੁਸੀਂ ਕਿਸੇ ਦੇ ਕੀ ਰਾਜ ਕਰੋਗੇ ਆਪਸ ਵਿੱਚ ਲੜੋਗੇ ਮੇਰਾ ਸਹਿਬ ਕਹਿੰਦਾ ਉੱਠੋ ਤੁਸੀਂ ਹੋਈ ਤਖਤ ਤੇ ਬੈਠੇ ਹੋ ਤੁਸੀਂ ਤਖਤ ਤੇ ਸੰਗਾਸਣ ਤੇ ਸੁੱਤੇ ਹੋ ਮੈਂ ਉਹ ਸੰਗਾਸਣ ਦੇ ਕੇ ਗਿਆ ਜਿਹੜਾ ਕਦੀ ਡੋਲਣਾ ਹੀ ਨਹੀਂ ਤੇ ਨਾ ਤੁਹਾਡੇ ਕੋਲੋਂ ਕੋਈ ਖੋ ਸਕਦਾ ਹੈ ਰਾਜ ਮੈਂ ਉਹ ਰਾਜ ਤੁਹਾਨੂੰ ਬਖਸ਼ ਕੇ ਦੇ ਕੇ ਗਿਆ ਮਗਰ ਤੁਸੀਂ ਨਿਤਨੇਮ ਵੀ ਛੜਤਾ ਤੁਸੀਂ ਸਿਮਰਨ ਵੀ ਛੜਤਾ ਤੁਸੀਂ ਰਹਿਤ ਵੀ ਛੜਤੀ ਤੇ ਸੰਗਾਤਨ ਤੇ ਸੁੱਤੇ ਸੁੱਤੇ ਬੈਠੇ ਬੈਠੇ ਸੋਵੋਗੇ ਗੁਰੂ ਕਾ ਸਿੱਖਾ ਉੱਠਖ ਲੋ ਤੂੰ ਘਰ ਆਉ ਤੂੰ ਮੇਰੇ ਦੁਖੀ ਬੋਲਦੇ ਨਹੀਂ ਹਰ ਆਪ ਅਨਵਾਰੇ ਅਪਦਾ ਅਪਦਾ ਮੈਨੇ ਵਿਪਤਾ ਅਪਦਾ ਮੈਨੇ ਕੇਵਲ ਘਰ ਨੂੰ ਆਪ ਵਿਪਤਾ ਮਗਰੋਂ ਲੱਥ ਜੂ ਮੈਂ ਤੇ ਇੱਕ ਵਾਰ ਬੇਨਤੀ ਇਹ ਵੀ ਕੀਤੀ ਸੀ ਅੱਖ ਵੈਗਰੂ ਜਿਹੜਾ ਪਸ਼ੂ ਹੁੰਦਾ ਨਾ ਪਸ਼ੂ ਗਾਂ ਮੱਝ ਜਿੰਨਾ ਚਿਰ ਕਿੱਲੇ ਤੇ ਵੱਜੀ ਹੁੰਦੀ ਹੈ ਨਾ ਜੇ ਤੁਹਾਡੇ ਚੋਂ ਕਿਸੇ ਨੂੰ ਇਹ ਗੱਲ ਸਮਝ ਪੈ ਜਾਏ ਕਿੱਲੇ ਤੇ ਵੱਜੀ ਹੁੰਦੀ ਹਾਜ਼ਰ ਹੋ ਤੇ ਉਹਨੂੰ ਕੋਈ ਕੁੱਤਾ ਨਹੀਂ ਵੜਦਾ ਵੇਖੋ ਧਿਆਨ ਦਿਓ ਇੱਕ ਪਸ਼ੂ ਜਦੋਂ ਮਾਲਕ ਦੇ ਕਿੱਲੇ ਤੇ ਵਜਾ ਹੁੰਦਾ ਨਾ ਤੁਸੀਂ ਕਦੀ ਪਿੰਡਾਂ ਵਿੱਚ ਜਾ ਕੇ ਜਾਂ ਕੋਈ ਪਿੰਡਾਂ ਵਾਲਾ ਤੁਹਾਡੇ ਚ ਰਹਿਂਦਾ ਹੈ ਪ੍ਰੈਕਟੀਕਲ ਵੇਖਿਓ ਕਿੱਲੇ ਤੇ ਵਜੇ ਪਸ਼ੂ ਨੂੰ ਕੋਈ ਕੁੱਤਾ ਨਹੀਂ ਵੜਦਾ ਨਾ ਉਹਦੇ ਪਿੱਛੇ ਪਿੰਦੇ ਜੇ ਉਹ ਹੀ ਪਸ਼ੂ ਕਿੱਲੇ ਤੋਂ ਖੁੱਲ ਜਾਏ ਤੇ ਗਲੀ 'ਚ ਜਾਵੇ ਇੱਕ ਕੁੱਤਾ ਮਗਰ ਦੌੜਦਾ ਹੈ ਧਿਆਨ ਦਿਓ ਇੱਕ ਕੁੱਤਾ ਮਗਰ ਦੌੜਦਾ ਹੈ ਫਿਰ ਇੱਕ ਦੇ ਪੌਂ ਪੌ ਸੁਣ ਕੇ ਦੂਸਰਾ ਭੌਂਕਦਾ ਏ ਤੀਸਰਾ ਭੌਂਕਦਾ ਚੌਥਾ ਭੌਂਕਦਾ ਏ ਉਹਦੇ ਅੱਗੇ-ਅੱਗੇ ਲੱਤਾਂ ਵੱਢ ਦਿੰਦੇ ਨੇ ਜ਼ਖਮੀ ਕਰ ਦਿੰਦੇ ਨੇ ਕਿਨੂੰ ਕਿਹੜੇ ਨੂੰ ਜਿਹੜਾ ਆਪਣੇ ਜਦੋਂ ਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲੋਂ ਟੁੱਟੇ ਹੋ ਕਿੰਨੇ ਕੁੱਤੇ ਪਏ ਨੇ ਤੁਹਾਡੇ ਮਗਰ ਪਤਾ ਜੇ ਤੁਸੀਂ ਭੱਜੇ ਫਿਰਦੇ ਹੋ ਮਗਰ ਕੁੱਤੇ ਭੱਜੇ ਫਿਰਦੇ ਦੁਨੀਆ ਭਰ ਦਾ ਦੇਹਧਾਰੀ ਬਾਬਾ ਤੁਹਾਡੀ ਕੌਮ ਦੇ ਪਿੱਛੇ ਪਿਆ ਕਿ ਨਹੀਂ ਬੋਲੋ ਜਿੱਥੇ ਤੁਹਾਡੀ ਕਲੋਨੀ ਚ ਸਿੱਖ ਬਗਤੇ ਨੇ ਉੱਥੇ ਕੋ ਡੇਰੇ ਬਣਦੇ ਆ ਦੁਨੀਆ ਭਰ ਦਾ ਚੋਰ ਲੁਟੇਰਾ ਕਰਮਕਾਂਡੀ ਧਾਗੇ ਦੇਣ ਵਾਲਾ ਤਵੀਤ ਦੇਣ ਵਾਲਾ ਸਿੱਖਾਂ ਦੀਆਂ ਕਲੋਨੀਆਂ ਚ ਕਿਉਂ ਵਹਿੰਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਪੀ ਇਹ ਆਪਣੇ ਮਾਲਕ ਦੇ ਕਿੱਲੇ ਤੋਂ ਖੁੱਲ ਗਏ ਨੇ ਕਿੱਥੇ ਵੱਧਾ ਸੀ ਸਭ ਸਿੱਖਨ ਕੋ ਹੁਕਮ ਹੈ ਉੱਚੀ ਬੋਲੋ ਗੁਰੂ ਆ ਗੂੰਜਾਂ ਤੇ ਪਾਉਂਦੇ ਹੋ ਚੰਗਾ ਹੋਵੇ ਜੇ ਤੁਹਾਡੀ ਸੁਰਤ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਦੂਸਰਾ ਨਾਂ ਹੀ ਨਾ ਹੋਵੇ ਤੇ ਮੈਨੂੰ ਪਤਾ ਲੱਗੇ ਵੀ ਤੁਸੀਂ ਵੱਜੇ ਹੋ ਕਿੱਲੇ ਉੱਤੇ ਵਾਹਿਗੁਰੂ ਤੇ ਫੇਰ ਨੋਟ ਕਰਿਓ ਇੱਕ ਹੋਰ ਬੜੀ ਪਿਆਰੀ ਕਹਾਣੀ ਸਰੇਂਦਰ ਸਿੰਘ ਤੇ ਚਰਦੀ ਕਲਾ ਚ ਰਹੋ ਆਖੋ ਵਾਹਿਗੁਰੂ ਵਾਹਿਗੁਰੂ ਜਦੋਂ ਉਹਦੇ ਮਗਰ ਕੁੱਤੇ ਪੈਂਦੇ ਆ ਤੇ ਜਦੋਂ ਬੇਵੱਸ ਹੋ ਜਾਂਦਾ ਹੈ ਨਾ ਤੇ ਆਪਣੇ ਘਰ ਨੂੰ ਮੋੜ ਆਉਂਦਾ ਕੀ ਪਸ਼ੂ ਪਸ਼ੂ ਆਪਣੇ ਘਰ ਮੁੜ ਆਇਆ ਹੁਣ ਕਮਾਲ ਦੀ ਗੱਲ ਆ ਪਸ਼ੂ ਨੇ ਆਪਣੇ ਮਾਲਕ ਦੇ ਘਰ ਨੂੰ ਮੂੰਹ ਕੀਤਾ ਤੇ ਕੁੱਤੇ ਪਿੱਛੇ ਪਿੱਛੇ ਜਾਣ ਲੱਗ ਪਏ ਕੁੱਤੇ ਉਹਦਾ ਪਿੱਛਾ ਛੱਡਣ ਲੱਗ ਪਏ ਤੂੰ ਘਰ ਆਓ ਕੀਤ ਉੱਚੀ ਨਹੀਂ ਬੋਲਦੇ ਤੇਰੇ ਦੋਖੀ ਅਬਦਾ ਭਈ ਕੀਤ ਇਧਰ ਮੂੰਹ ਤੇ ਕਰਕੇ ਵੇਖੋ ਇਧਰ ਨੂੰ ਮੂੰਹ ਤੇ ਕਰਕੇ ਵੇਖੋ ਸਾਰੇ ਧਾਗਿਆ ਤਵੀਤਾ ਵਹਿਮਾ ਭਰਮਾ ਪਖੰਡੀ ਜਿੰਨਾ ਦੇ ਧਾਰੀ ਗੁਰੂ ਤੁਹਾਡੇ ਮਗਰ ਲੱਗਾ ਸਾਰੇ ਪਿੱਛੇ ਹਟ ਜਾਣਗੇ ਕੁੱਤੇ ਨੂੰ ਵੀ ਪਤਾ ਲੱਗਿਆ ਵੇਖੋ ਜਿਹਨੂੰ ਆਪਾਂ ਕੁੱਤਾ ਕਹਿੰਨੇ ਆ ਨਾ ਕੁੱਤਾ ਉਹਨੂੰ ਵੀ ਪਤਾ ਲੱਗ ਗਿਆ ਵੀ ਇਹ ਆਪਣੇ ਮਾਲਕ ਦੇ ਘਰ ਆ ਗਿਆ ਜਿੱਦਣ ਤੁਸੀਂ ਮੋੜਾ ਹੋਗੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਕਰਕੇ ਸਭ ਕੁੱਤੇ ਪਿੱਛਾ ਛੱਡ ਜਾਣਗੇ ਕੁੱਤੇ ਦਾ ਮਤਲਬ ਹੁੰਦਾ ਲੋਭੀ ਕੀ ਜੀ ਲੋਭੀ ਲੱਭ ਕੁੱਤਾ ਤੇ ਕੂੜ ਚੂੜਾ ਬਾਣੀ ਚ ਲਿਖਿਆ ਜਿਨਨੇ ਲੱਭੀ ਇਨਸਾਨ ਤੁਹਾਡੇ ਮਗਰ ਲੱਗੇ ਨੇ ਆਖੋ ਵੇਗਰੂ ਹਲੇਲੂਆ ਮੋੜਾਓ ਇਧਰ ਨੂੰ ਤੁਮ ਘਰ ਆਓ ਮੇਰੇ ਮੀਤ ਤੁਮਰੇ ਦੋਖੀ ਹਰ ਆਪ ਨਿਵਾਰੇ ਅਬਦਾ ਭਈ ਅੱਗੇ ਲਿਖਿਆ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਤੁਹਾਨੂੰ ਪ੍ਰਗਟ ਕਰੂਗਾ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਤੁਸੀਂ ਪ੍ਰਗਟ ਹੋ ਜੋਗੇ ਅੱਜ ਕਿਰਪਾਨਾ ਪਾ ਕੇ ਵੀ ਤੁਸੀਂ ਪ੍ਰਗਟ ਨਹੀਂ ਜੇ ਕਿਰਪਾਨਾ ਪਾਈਆਂ ਨੇ ਵੇਖਣ ਨੂੰ ਸਰੂਪ ਤੁਹਾਡਾ ਲੱਗਦਾ ਵੀ ਤੁਸੀਂ ਪ੍ਰਗਟ ਹੋ ਮਗਰ ਪ੍ਰਗਟ ਚੀਜ਼ ਦੀ ਤੇ ਆਪਣੀ ਆਬਾ ਹੁੰਦੀ ਆਖੋ ਵੇਗਰੋ ਵੇਗਰੋ ਸਤਿਗੁਰੂ ਨਾਨਕ ਪ੍ਰਗਟਿਆ ਉਹਦੀ ਇੱਕ ਆਬਾ ਹੈ ਵੀ ਉਹਨੇ ਅਜੇ ਕਿਹਾ ਕਿਸੇ ਨੂੰ ਕੁਝ ਨਹੀਂ ਪ੍ਰਗਟ ਹੀ ਹੋਇਆ ਤੇ ਧੁੰਦ ਮਿਟ ਗਈ ਚਾਨਣ ਹੋ ਗਿਆ ਜਦੋਂ ਤੁਸੀਂ ਕਦੀ ਐ ਨੂੰ ਮੂੰਹ ਕਰੋਗੇ ਨਾ ਅਖੋ ਵੈਗਰੂ ਵੈਗਰੂ ਇਹ ਤੁਹਾਨੂੰ ਪ੍ਰਗਟ ਕਰੂਗਾ ਸਮਾਜ ਵਿੱਚ ਤੁਹਾਨੂੰ ਪ੍ਰਗਟ ਕਰੂ ਤੁਸੀਂ ਸ਼ੈਨਸ਼ਾ ਦੇ ਅਖੋ ਵੈਗਰੂ ਵੈਗਰੂ ਤੁਸੀਂ ਪਾਤਸ਼ਾਹ ਦੇ ਪੁੱਤ ਜੇ ਤੁਹਾਨੂੰ ਲੋਕਾਂ ਤੁਹਾਡੇ ਚਿਹਰੇ ਤੋਂ ਲੋਕੀ ਪੜਨਗੇ ਇਹ ਸ਼ੈਨਸ਼ਾ ਦੇ ਪੁੱਤ ਨੇ ਅਜੇ ਤੁਸੀਂ ਕਿਰਪਾਨਾ ਪਾ ਕੇ ਵੀ ਕਦੀ ਕਿਤੇ ਤੁਹਾਨੂੰ ਗੱਡੀ ਤੋਂ ਉਤਾਰ ਦਿੱਤਾ ਜਾਂਦਾ ਹੈ ਕਦੀ ਜਹਾਜ਼ੋਂ ਉਤਾਰ ਦਿੱਤਾ ਜਾਂਦਾ ਹੈ ਅਖੋ ਵੈਗਰੂ ਵੈਗਰੂ ਤੁਸੀਂ ਕਿਰਪਾਨ ਤਾਂ ਪਾਈ ਆ ਤੁਸੀਂ ਕੰਗਾ ਰੱਖਿਆ ਤੁਸੀਂ ਕਿ ਸ਼ਹਿਰਾ ਪਾਇਆ ਮਗਰ ਪ੍ਰਗਟ ਨਹੀਂ ਤੁਹਾਡੇ ਮੱਥੇ ਦੇ ਉੱਤੇ ਆਵਾ ਨਹੀਂ ਜਿਹੜੀ ਦੱਸੇ ਵੀ ਇਹ ਪ੍ਰਗਟਿਆ ਆਖੋ ਵੈਗੁਰੂ ਵੈਗੁਰੂ ਸੂਰਜ ਦਾ ਪੂਰਾ ਆਕਾਰ ਬਣ ਚੁੱਕਿਆ ਹੁੰਦਾ ਜਿੰਨਾ ਚਿਰ ਨਿਕਲਦਾ ਨਹੀਂ ਉਹਨਾਂ ਚਿਰ ਨਮਸਕਾਰਾਂ ਨਹੀਂ ਹੁੰਦੀਆਂ ਮੇਰੇ ਨਾਲ ਇੱਕ ਆਸਟ੍ਰੇਲੀਆ ਦੇ 에어ਪੋਰਟ ਦੇ ਉੱਤੇ ਸਿੱਖ ਆਇਆ ਧਿਆਨ ਦਿਓ ਲੱਗ ਸਦਾ ਕਰੋ ਹਾ ਹਾ ਸਾਡੇ ਨਾਲ ਤੁਰਿਆ ਜਾਂਦਾ ਸੀ ਉਹ ਉਹਦੀ ਕਿਤੇ ਚਾਲ ਸੀ 24 ਘੰਟੇ ਦਾ ਅਵਿਆਸੀ ਸਾਰਾ 에어ਪੋਰਟ ਮਾਨੋ ਜਾਮ ਹੋ ਗਿਆ ਜਿੰਨੇ ਲੋਕ ਸੀ ਉਹਦੀ ਤੋਰ ਉਹਦੀ ਬਹਿਣੀ ਉਹਦੀ ਤੁਰਨੀ ਖਾਲਸਿਆਂ ਵਾਲੀ ਉਹਦੇ ਚਿਹਰੇ ਤੇ ਨੂਰ ਖਾਲਸਿਆਂ ਵਾਲਾ 에어ਪੋਰਟ ਦੀ ਪੁਲਿਸ 에어ਪੋਰਟ ਤੇ ਤੁਰੇ ਜਾਂਦੇ ਲੋਕ ਸਭ ਮੈਂ ਵੇਖਿਆ ਉਹਦੇ ਮੂੰਹਾਂ ਲਈ ਵੇਖੀ ਜਾਂਦੇ ਸੀ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਸਿੱਖ ਤੁਰਿਆ ਜਾਂਦਾ ਹੈ ਸਿੱਖ ਮੇਰੀ ਹੱਥ ਜੋੜ ਕੇ ਬੇਨਤੀ ਆ ਕੇਵਲ ਜਕਾਰਾ ਛੱਡ ਕੇ ਨਾ ਰਹਿਣਾ ਆਪਣੇ ਅੰਦਰ ਉਸ ਛੁਪੀ ਹੋਈ ਸ਼ਕਤੀ ਨੂੰ ਲੱਭੋ ਤੁਹਾਡੇ ਘਰ ਖਜ਼ਾਨਾ ਹੈ ਮਨ ਮੇਰਾ ਅੰਦਰ ਤੇਰੇ ਤੇਰੇ ਅੰਦਰ ਖਜ਼ਾਨਾ ਹੈ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਅੰਦਰਲੇ ਖਜ਼ਾਨੇ ਨੂੰ ਬਾਹਰ ਕੱਢ ਵਾਹਿਗੁਰੂ ਵਾਹਿਗੁਰੂ ਲੋਕ ਫਾਈਰ 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 ਅੰਦਰਲੀ ਸ਼ਕਤੀ ਬਾਹਰ ਲਿਆਓ ਲੋਕ ਫਾਈਰ ਲੋਕ ਫਾਈਰ ਲੋਕ ਫਾਈਰ ਲੋਕ ਫਾਈਰ ਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਧਿਆਨ ਨਾਲ ਸੁਣ ਲੋ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਬੋਲੋ ਨਾ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਫਿਰ ਕੀ ਹੋਇਆ ਨਾਸਣ ਆ ਨਸੇ ਭੱਜੇ ਫਿਰਦੇ ਹੋ ਨਾ ਸਭ ਕੰਮ ਮੁੱਕ ਜੂ ਕਿਤੇ ਨਸਣਾ ਹੀ ਨਹੀਂ ਪਊ ਕਿਤੇ ਭੱਜਣਾ ਹੀ ਨਹੀਂ ਪਊ ਨਾਸਣ ਭਾਜਨ ਘਰ ਮੰਗਲ ਤੁਹਾਡੇ ਘਰ ਚ ਖੁਸ਼ੀਆਂ ਵਾਜੇ ਨਿਤ ਵਾਜੇ ਵਾਜੇ ਨਿਤ ਵਾਜੇ ਜਿੱਦਣ ਆਪਣੇ ਖਸਮ ਨਵਾਜੇ ਜਿੱਦਣ ਖਸਮ ਕੋਲ ਆਓਗੇ ਇਹ ਗਰੀਬ ਨਵਾਜ ਹੈ ਤੁਸੀਂ ਗਰੀਬ ਬਣ ਕੇ ਆਓ ਇਹ ਤੁਹਾਨੂੰ ਨਵਾਜੂਗਾ ਅੱਖੋ ਵੈਗਰੂ ਵਾਲੇ ਰੂ ਗਰੀਬ ਨਵਾਜ ਗਸਈਆ ਮੇਰਾ ਤੁਹਾਡੇ ਮੱਥੇ ਤੇ ਛਤਰ ਧਰੂਗਾ ਬਾਬਾ ਜਰਨੈਲ ਸਿੰਘ ਸਾਹਿਬ ਨੂੰ ਕਹਿੰਦਾ ਇਹਨਾਂ ਨੂੰ ਰਾਜ ਕਿਦਣ ਮਿਲੇ ਅੱਖੋ ਵੈਗਰੂ ਵਾਲੇ ਰੂ ਗੱਜ ਕੇ ਬੋਲੋਣਾ ਵਾਲੇ ਰੂ ਇਹਨਾਂ ਨੂੰ ਰਾਜ ਕਿਦਣ ਮਿਲੂ ਕਿਨਾਂ ਨੂੰ ਹਏ ਬੋਲੋ ਨਾ ਸਿੱਖਾਂ ਨੂੰ ਰਾਜ ਜਦੋਂ ਕਿਹਦਾ ਘਰ ਆ ਜਾਣਗੇ ਘਰ ਆ ਜਾਣਗੇ ਕਿੰਨੇ ਜਾਂਦੇ ਹੋ ਆਨੰਦਪੁਰ ਸਾਹਿਬ ਆ ਜਿੱਨੇ ਤੁਸੀਂ ਬਿਠੇ ਹੋ ਅੱਛਾ ਕਾਲੇ ਪੈ ਗਏ ਕਾਲੇ ਨਹੀਂ ਪਾ ਦਿਓ ਸਰੋਪਾ ਜੋ ਕਾਲੇ ਪੈ ਗਏ ਤੇ ਅੱਛਾ ਠੀਕ ਆ ਆਖੋ ਵੇ ਗਰੂ ਵੇ ਗਰੂ ਗੱਜ ਕੇ ਬੋਲੋ ਨਾ ਤੁਸੀਂ ਦੱਸੋ ਜਿੰਨੇ ਮੇਰੇ ਭੈਣ ਭਰਾ ਬੈਠਿਓ ਬੱਸਾਂ ਲੈ ਕੇ ਕਿਧਰ ਨੂੰ ਜਾਂਦੇ ਹੋ ਆਨੰਦਪੁਰ ਸਾਹਿਬ ਕਿੰਨੀ ਸੰਗਤਾਂ ਜਿਨ੍ਹਾਂ ਦਾ ਕੇਵਲ ਟਾਰਗੇਟ ਆਪਣਾ ਘਰ ਆ ਸਾਰਾ ਦਿਨ ਥੱਕ ਟੁਕ ਟੁਕ ਕੇ ਕਿੱਥੇ ਆਉਂਦੇ ਹੋ ਤੁਸੀਂ ਕੀ ਆਖਿਆ ਸੀ ਪੰਜ ਪਿਆਰੇ ਨੇ ਤੁਹਾਡਾ ਘਰ ਕਿਹੜਾ ਹੈ ਕਿੰਨੀ ਵਾਰ ਬੱਸਾਂ ਲੈ ਕੇ ਜਾਂਦੇ ਬੱਸਾਂ ਤੇ ਤੁਹਾਡੀਆਂ ਜਗਰਾਉਂ ਜਾਂਦੀਆਂ ਬੱਸਾਂ ਤੇ ਤੁਹਾਡੀਆਂ ਫਲਾਣੇ ਬਾਬੇ ਕੋਲ ਢਿੰਗੜੇ ਬਾਬੇ ਕੋਲ ਜਾਂਦੀਆਂ ਘਰ ਤੇ ਤੁਸੀਂ ਆਉਂਦੇ ਹੀ ਨਹੀਂ ਹੋ ਬਾਬਾ ਜਰਨੈਲ ਸਿੰਘ ਸਾਹਿਬ ਨੂੰ ਪੁੱਛਿਆ ਵੀ ਰਾਜ ਸਿੱਖਾਂ ਨੂੰ ਕਦੋਂ ਮਿਲੂਗਾ ਕਹਿੰਦੇ ਜਿੱਦਣ ਆਪਣੇ ਘਰ ਆ ਜਾਣਗੇ ਅਰੇ ਜਿਹੜਾ ਘਰ ਨਹੀਂ ਆਉਂਦਾ ਉਹਦਾ ਤੇ ਰਾਜ ਬਣਿਆ ਬਣਿਆ ਵੀ ਖੁੱਜਦਾ ਉਹਦੀ ਜ਼ਮੀਨ ਤੇ ਲੋਕੀ ਕਬਜ਼ੇ ਕਰ ਲੈਂਦੇ ਆ ਤੁਸੀਂ ਤੇ ਅਨੰਦਪੁਰ ਸਾਹਿਬ ਜਾਂਦੇ ਹੀ ਨਹੀਂ ਚਮਕੌਰ ਸਾਹਿਬ ਤੁਸੀਂ ਨਾ ਜਾਓ ਫਤਿਹਗੜ੍ਹ ਸਾਹਿਬ ਤੁਸੀਂ ਨਾ ਜਾਓ ਤੁਹਾਡੀਆਂ ਬਸਾਂ ਤੇ ਗਈਆਂ ਪੰਜਾਬ ਮਗਰ ਹੋਰ ਹੀ ਪਾਸੇ ਘਰ ਵਾਲਿਓ ਘਰ ਨਹੀਂ ਆਓਗੇ ਅਨੰਦਪੁਰ ਸਾਹਿਬ ਤੁਹਾਨੂੰ ਪੰਜ ਪਿਆਰਿਆਂ ਚ ਖਲੋ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਜਿਹੜੇ ਪੰਜ ਪਿਆਰੇ ਸੀ ਇਹਨਾਂ ਪੰਚਨਵੇਂ ਮੇਰੋ ਵਾਸਾ ਇਹ ਪੰਜ ਜਿਹੜੇ ਨੇ ਇਹਨਾਂ ਦੇ ਵਿੱਚ ਮੈਂ ਖਲੋਤਾ ਵਾਂ ਜਿਹੜਾ ਜਿਹੜਾ ਉਪਦੇਸ਼ ਪੰਜ ਪਿਆਰੇ ਦੱਸ ਰਹੇ ਨੇ ਸਮਝ ਲਓ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਵੀ ਤੁਹਾਡੇ ਘਰ ਦਾ ਨਾਮ ਸ੍ਰੀ ਅਨੰਦਪੁਰ ਸਾਹਿਬਾ ਬਾਪ ਦਾ ਨਾਮ ਗੁਰੂ ਗੋਬਿੰਦ ਸਿੰਘਾ ਮਾਤਾ ਦਾ ਨਾਮ ਮਾਤਾ ਸਹਿਬ ਕੋਰਾ ਸਾਰੀ ਕੌਮ ਨੂੰ ਭੁੱਲ ਗਿਆ ਕਿਤੇ 2 4 5% ਰਹਿ ਗਏ ਜਿਨ੍ਹਾਂ ਨੂੰ ਪਤਾ ਹੈ ਮੇਰੇ ਪਿਓ ਦਾ ਨਾਮ ਗੁਰੂ ਗੋਬਿੰਦ ਸਿੰਘਾ ਮੇਰੀ ਮਾਤਾ ਦਾ ਨਾਮ ਮਾਤਾ ਸਹਿਬ ਕੋਰਾ ਮੈਂ ਵਾਸੀ ਸ੍ਰੀ ਜਿਹੜੇ ਜਿਹੜੇ ਸੱਚ ਜਾਣਿਓ ਜਿਨ੍ਹਾਂ ਨੂੰ ਇਹ ਚੇਤਾ ਹੈ ਨਾ ਵੀ ਮੇਰੇ ਬਾਪ ਦਾ ਨਾਮ ਗੁਰੂ ਗੋਬਿੰਦ ਸਿੰਘ ਆ ਤੇ ਮਾਤਾ ਮੇਰੀ ਸਹਿਬ ਕੋਰਾ ਤੇ ਵਾਸੀ ਉਹ ਫਕੀਰ ਹੁੰਦੇ ਵੀ ਬਾਦਸ਼ਾਹ ਜੇ ਉਹ ਬੇताज ਬਾਦਸ਼ਾਹ ਨੇ ਬੇताज ਬਾਦਸ਼ਾਹ ਉਹ ਅੱਜ ਵੀ ਰਾਜੇ ਨੇ ਆਖੋ ਵਾਹਿਗੁਰੂ ਉਹ ਅੱਜ ਵੀ ਪਾਛਾਵਾਂ ਵਾਂਗੂ ਤੁਰਦੇ ਪਾਤਸ਼ਾਹਾਂ ਨੂੰ ਵੰਦੇ ਸਿੱਧਾ ਹੋ ਕੇ ਬੈਵੀ ਪਾਤਸ਼ਾਹਾਂ ਨੂੰ ਵੰਦੇ ਪਾਤਸ਼ਾਹਾਂ ਨੂੰ ਬੋਲਦੇ ਨਾਸਨ ਭਾਜਨ ਥਾਕੇ ਘਰ ਮੰਗਲ ਵਾਜੇ ਨਿਤ ਵਾਜੇ ਆਪਣੇ ਖਸਮ ਨਿਵਾਜੇ ਤੇ ਗਲ ਨਾਲ ਲਾ ਕੇ ਆਖਿਆ ਪੁੱਤ ਹਣ ਤੂੰ ਘਰ ਆ ਗਿਆ ਹੈ ਅਸਥਿਰ ਰੋ ਉੱਚੀ ਬੋਲੋ ਅਸਥਿਰ ਰੋ ਡੋਲੋ ਮਤ ਕਮੂ ਡੋਲੋ ਮਤ ਕਮੂ ਪੁੱਤੋਂ ਡੋਲਣ ਦੀ ਜਰੂਰਤ ਨਹੀਂ ਗੁਰ ਕੈ ਬਚਨ ਆਧਾਰ ਘਰ ਆ ਗਿਆ ਨਾ ਜੈ ਜੈਕਾਰ ਸਗਲ ਭੂ ਮੰਡਲ ਮੁੱਖ ਉਜਲ ਦਰਬਾਰ ਤੇਰਾ ਮੁੱਖ ਦਰਗਾਹ ਚ ਵੀ ਉਜਲਾ ਕਰ ਦੂੰਗਾ ਪੁੱਤ ਕਿਉਂਕਿ ਘਰ ਮੂੰਹ ਉਹਨਾਂ ਦੇ ਲਿਸ਼ਕ ਦੇ ਜਿਹੜੇ ਆਪਣੇ ਘਰ ਹੁੰਦੇ ਆ ਤੁਸੀਂ ਵੇਖਿਓ ਗਰੀਬ ਤੋਂ ਗਰੀਬ ਆਪਣੀ ਕੁਟਿਆ ਚ ਪਾਛਾ ਹੈ ਕਿਸੇ ਦੇ ਘਰ ਸ਼ਾਨ ਸ਼ਾਖ ਖਲੋਤਾ ਵੀ ਫਕੀਰ ਹੈ ਹੈ ਕਿ ਨਹੀਂ ਬੋਲੋ ਨਾ ਉੱਚੀ ਬੋਲੋ ਇੱਕ ਵਾਰ ਸਮਝ ਲੱਗੀ ਗੱਲ ਕਿਸੇ ਦੇ ਬੂਹੇ ਅੱਗੇ ਖਲੋਤਾ ਪਾਦਸ਼ਾਹ ਵੀ ਫਕੀਰ ਹੈ ਫਕੀਰ ਆ ਅਗਲੇ ਦਾ ਦਿਲ ਕਰੇ ਕੁਟਿਆ ਚ ਵੜਨ ਦੇਵੇ ਦਿਲ ਕਰੇ ਕੁਟਿਆ ਚ ਨਾ ਵੜਨ ਦੇਵੇ ਜਿਹੜਾ ਆਪਣੀ ਕੁੜੀਆ ਚ ਖਲੋਤਾ ਉਹ ਫਕੀਰ ਵੀ ਪਾਛਾ ਹੈ ਆਪਣੇ ਘਰ ਖਲੋਤਾ ਹੈ ਨਾ ਮੇਰੀ ਸਾਰੀ ਅੱਜ ਦੀ ਸੰਗਤ ਜਿੰਨੀ ਤੁਸੀਂ ਬਿਠੇ ਹੋ ਬੇਅੰਤ ਸੰਗਤ ਆਇਓ ਦੂਰੋਂ ਨੇੜਿਓ ਜੇ ਤੁਸੀਂ ਕਹੋ ਨਾ ਤੇ ਇੱਕ ਇੱਕ ਸਿੱਖ ਜਿਵੇਂ ਪੈਰਾਂ ਤੇ ਸਿਰ ਰੱਖ ਦੇਣਾ ਜਿੱਦਣ ਯਾਤਰਾ ਕਰਨਾ ਹੋਗੇ ਸ੍ਰੀ ਅਨੰਦਪੁਰ ਸਾਹਿਬ ਦੀ ਚਮਕੌਰ ਸਾਹਿਬ ਦੀ ਤੇ ਫਤਿਹਗੜ੍ਹ ਸਾਹਿਬ ਦੀ ਮਾਛੀਵਾੜਾ ਸਾਹਿਬ ਜਾਇਓ ਜਿੱਥੇ ਤੁਹਾਡਾ ਬਾਪ ਲੰਮੇ ਪਿਆ ਜਿੱਥੇ ਤੁਹਾਡੇ ਬਾਪ ਨੇ ਰੱਬ ਨਾਲ ਗੱਲਾਂ ਕੀਤੀਆਂ ਮਿੱਤਰ ਪਿਆਰੇ ਨੂੰ ਆਲੋਕ ਕੀ ਲੈਣ ਜਾਂਦੇ ਹੋ ਨਾ ਚਿੱਟੇ ਕੱਪੜਿਆਂ ਵਾਲਿਆਂ ਬਾਬਿਆਂ ਦੇ ਡੇਰੇਆਂ ਤੇ ਕੀ ਦੇਣਗੇ ਤੁਹਾਨੂੰ ਦੱਸੋ ਮੈਨੂੰ ਗੁਰੂ ਕੀ ਸਿੱਖੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਚ ਦੱਸੋ ਕੀ ਦੇਣਗੇ ਤੁਹਾਨੂੰ ਅੱਜ ਜਿੰਨੀਆਂ ਆਜਰ ਆਉਣਕਾਂ ਲਾਈਆਂ ਦੇ ਐਤਰਾ ਗੁਰਦੁਆਰਿਆਂ ਚ ਰੋਜ਼ ਰੌਣਕਾਂ ਨਹੀਂ ਲੱਗ ਸਕਦੀਆਂ ਜੇ ਤੁਸੀਂ ਗੁਰੂ ਘਰਾਂ ਨਾਲ ਜੁੜੇ ਹੋ ਤੇ ਤੁਹਾਡੇ ਆਲਣੇ ਹੋਰ ਬਣ ਗਏ ਨੇ ਖੋ ਵੇਗਰੂ ਵੇਗਰੂ ਗਾਦੀ ਕੇ ਬੋਲੋ ਤੁਹਾਡੇ ਆਲਣੇ ਮਿੰਜ ਆਲਣੇ ਮਿੰਜ ਹੰਦੀ ਟਿਕਾਣੀ ਘੋਸਲੇ ਹੋਰ ਹੀ ਬਣ ਗਏ ਤੁਸੀਂ ਬੱਚੇ ਲੈ ਕੇ ਕਿਤੇ ਹੋਰ ਥਾਈ ਤੁਰੇ ਫਿਰਦੇ ਹੋ ਬੱਚੇ ਲੈ ਕੇ ਜਾਓ ਚਮਕੌਰ ਸਾਹਿਬ ਦੀ ਧਰਤੀ ਤੇ ਤੇ ਉਥੇ ਰਾਤ ਨੂੰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਸੈਰ ਕਰਨ ਤੁਰ ਪਿਓ ਸੈਰ ਕਰਨ ਤੁਰ ਪਿਓ ਤੇ ਬਾਜ਼ਾਰ ਤੋਂ ਬਾਹਰ ਜਾ ਕੇ ਨਾ ਉੱਥੋਂ ਦੀ ਮਿੱਟੀ ਚੁੱਕਿਓ। ਹਾਜ਼ਰ ਜੀ। ਚਮਕੌਰ ਸਾਹਿਬ ਦੀ ਮਿੱਟੀ ਚੁੱਕਿਓ ਤੇ ਆਪਣੇ ਪੁੱਤ ਨੂੰ ਕਹਿਣਾ ਸੁੰਘ। ਆਪਣੇ ਬੱਚੇ ਨੂੰ ਕਹਿਣਾ ਇਹ ਮਿੱਟੀ ਸੁੰਘ। ਪੁੱਤ ਇਸ ਰਾਖ ਵਿੱਚੋਂ ਤੈਨੂੰ ਅਜੀਤ ਸਿੰਘ ਦੇ ਖੂਨ ਦੀ ਖੁਸ਼ਬੂ ਆਵੇ। ਕਿੱਥੇ ਤੁਰੇ ਫਿਰਦੇ ਹੋ? ਚਮਕ ਹੈ ਚਮਕੌਰ ਤੇਰੇ ਜ਼ਰوں ਵਿੱਚ। ਚਮਕ ਹੈ ਚਮਕੌਰ ਦੇ ਜ਼ਰوں ਵਿੱਚ ਮਿੰਜ ਕਣ ਕਣ ਵਿੱਚ ਹੇ ਚਮਕੌਰ ਦੀ ਏ ਮਿੱਟੀਏ ਤੇਰੇ ਇੱਕ ਇੱਕ ਕਣਕ ਵਿੱਚ ਕਣ ਵਿੱਚ ਅਜੇ ਵੀ ਅਜੀਤ ਦੇ ਖੂਨ ਦੀ ਚਮਕ ਹੈ ਜਿਕਾਰੇ ਛੱਡੇ ਤੁਹਾਡੇ ਤਾਂ ਮੁਬਾਰਕ ਆਉਣ ਤੁਹਾਡੇ ਸਟੇਰਿੰਗ ਆਨੰਦਪੁਰ ਤੇ ਚਮਕੌਰ ਸਾਹਿਬ ਤੇ ਫਤਿਹਗੜ ਤੇ ਮਾਛੀਵਾੜੇ ਨੂੰ ਮੁੜ ਜਣਾ ਮਰਦ ਦੇ ਪੁੱਤ ਜੇ ਮਰਦ ਬਣ ਕੇ ਰੋ ਇਹਨਾਂ ਕਸਿਆਰਿਆਂ ਬਾਬਿਆਂ ਕੋਲੋਂ ਕੱਖ ਨਹੀਂ ਮਿਲਣਾ ਤੁਹਾਨੂੰ ਲੁੱਟ ਲਿਆ ਇਹਨਾਂ ਸੰਪਟ ਪਾਠਾਂ ਦੇ ਨਾਂ ਤੇ ਤੁਹਾਨੂੰ ਇਹਨਾਂ ਕੋਤਰੀਆਂ ਦੇ ਨਾਂ ਤੇ ਲੁੱਟ ਲਿਆ ਤੁਹਾਨੂੰ ਪੂਰਨਵਾਛੀਆਂ ਦੇ ਨਾਂ ਤੇ ਲੁੱਟ ਰਿਹਾ ਹੈ ਗੁਰੂ ਦਾ ਸਿੱਖ ਹਰ گاਉ ਮੰਗਲ ਨਿਤ ਸਖੀਏ ਪੂਰਨਵਾਛੀ ਵਾਲੇ ਦੇ ਨਹੀਂ ਕਿਉ ਹਰ ਮਤਲਬ ਵੀ ਹਰ ਰੋਜ਼ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠੇ ਅਸ਼ਨਾਣ ਕਰੇ ਚੌਂਕੜਾ ਮਾਰੇ ਰੱਬ ਦਾ ਨਾਮ ਜਪੇ ਮਹੀਨੇ ਚ ਇੱਕ ਦਿਨ ਹੀ ਕਿਉਂ ਵੀ ਪੂਰਨਮਾਸੀ ਬੜਾ ਮੁਬਾਰਕ ਦਿਹਾੜਾ ਹੈ ਜੀ ਦੂਸਰਿਆਂ ਨੂੰ ਕੀ ਹੈ ਜਿਹੜਾ ਪੂਰਨਮਾਸੀ ਤੋਂ 14ਵਾਂ ਦਿਨ ਹੈ ਜਾਂ 15ਵਾਂ 16ਵਾਂ ਦਿਨ ਹੈ ਉਹ ਸ਼ੋਭਿਆ ਮਹਾ ਦਿਵਸ ਮੂਰਤ ਭਲੇ ਜਿਨ ਕੋ ਨਜ਼ਰ ਕਰੇ ਜਿਨ ਕੋ ਸਿੱਖ ਲਈ ਹਰ ਘੜੀ ਮੁਬਾਰਕ ਆ ਜਦੋਂ ਵਾਹਿਗੁਰੂ ਮੂੰਹ ਚੋਂ ਨਿਕਲੇ ਉਹ ਵੇਲਾ ਕੋ ਹਾਂ ਬਲ ਜਾਉ ਜਿੱਤ ਮੇਰਾ ਮਨ ਜੱਪੇ ਹਰ ਨਾਮ ਮੇਰੇ ਸਹਿਬਾ ਮੈਂ ਸੁਣਿਆ ਜਿਹੜੀ ਤੇਰੇ ਨਾਮ ਵਾਲੀ ਗਲੀ ਆ ਨਾ ਨਾਮ ਵਾਲੀ ਗਲੀ ਸੁਰਤ ਨੇ ਧੁਰਨਾ ਏ ਉਸ ਗਲੀ ਚ ਕਿੰਨੇ ਮੈਂ ਥੋੜਾ ਨਾਮ ਵਾਲੀ ਗਲੀ ਚ ਧੁਰਨਾ ਮੇਰੀ ਤੇ ਜਮਾ ਦੇ ਫਾਸੀ ਚ ਵੀ ਮੇਰੀ ਸੁਰਤ ਨੇ ਫਸਣਾ ਹੈ ਜਮਾ ਦੀ ਫਾਈ ਚ ਵੀ ਸੁਰਤ ਫਸਦੀ ਹੈ ਕਾਮ ਵਿੱਚ ਤੇ ਸਰੀਰ ਕਰਕੇ ਤੇ ਲੋਕੀ ਡਰਦੇ ਹੀ ਆ ਵੀ ਵੇਖੋ ਯਾਰ ਮੇਰਾ ਚਿੱਟਾ ਦਾੜਾ ਲੋਕੀ ਕੀ ਕਹਿਣਗੇ ਸੁਰਤ ਫਸਦੀ ਸਹਿਬਾ ਜਿਹੜਾ ਵੈਗਰੂ ਵੈਗਰੂ ਕਹਿਣਾ ਹੈ ਨਾ ਏਕ ਰਸਤਾ ਹੈ ਜਿਹੜਾ ਤੇਰੇ ਘਰ ਨੂੰ ਆਉਂਦਾ ਹੈ ਜਿੱਥੇ ਜਮਕਾ ਮਾਰਗ ਦੂਰ ਰਹੋ ਜਮਕਾ ਮਾਰਗਵਿੰਜ ਮਸਤਫਾ ਜਿਹੜੇ ਰਾਹ ਤੇ ਤੁਰਪੀਏ ਤੇ ਜਮਾ ਦਾ ਰਾਹ ਬੜਾ ਦੂਰ ਰਹਿ ਜਾਂਦਾ ਸਿੱਧਾ ਹੀ ਤੇਰੇ ਘਰ ਨੂੰ ਆ ਜੀਦਾ ਹੈ ਤੇਰੇ ਘਰ ਪਹੁੰਚ ਜੀਦਾ ਜਿਹੜੇ ਜਿਹੜੇ ਤੇਰੇ ਘਰ ਨੂੰ ਤੁਰੇ ਤੇਰੇ ਸੇਵਕ ਕੋ ਭੋਖਿਛਾਈ ਤੇ ਜਮ ਨਹੀਂ ਆਵੇ ਜਮ ਲਾਗੋਂ ਦੀ ਵੀ ਨਾ ਲੰਗੇ ਉਹਦੇ ਲਾਗੇ ਤੇ ਆਉਣਾ ਵਖਰੀ ਗੱਲ ਆ ਸਾਹਮਣੇ ਵੀ ਨਾ ਆਏ ਇੱਕ ਤੂੰ ਅਜਿਹਾ ਟਿਕਿਆ ਨਹੀਂ ਉਦੋਂ ਦਾ ਸਾਰੇ ਟਿਕੇ ਬਿਠੇ ਪਤਾ ਨਹੀਂ ਤੂੰ ਉਹਨੂੰ ਵੀ ਇਸ਼ਾਰਾ ਕੀਤਾ ਸੀ ਕੁਝ ਜਿਹੜਾ ਤੇਰੇ ਲਾਗੋਂ ਦੀ ਨੰਗੇ ਗਿਆ ਸੀ ਮੇਰੀ ਤੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਵੀ ਟਿਕ ਜੋਗੇ ਤੇ ਮੂੰਹ 'ਚ ਕੋਈ ਆ ਬੱਚਾ ਜਦੋਂ ਨਿੱਕੇ ਜਿਹੇ ਨੂੰ ਪੋਲੀਓ ਦੀਆਂ ਬੂੰਦਾ ਪਾਉਂਦੇ ਮੂੰਹ 'ਚ ਤੇ ਜਿਹੜਾ ਉਹਦੇ ਮੂੰਹ 'ਚ ਪੋਲੀਓ ਦੀ ਤੇ ਜੇ ਉਹ ਐ ਕਰੀ ਜਾਵੇ ਤੇ ਦਵਾਈ ਵੰਡਣ ਵਾਲੇ ਦਾ ਤੇ ਕੋਈ ਕਸੂਰ ਨਹੀਂ ਉਹ ਤਾਂ ਫੜ ਫੜ ਕੇ ਫੜ ਫੜ ਕੇ ਕਹਿ ਰਹੇ ਅਸੀਂ ਤੇਰੇ ਮੂੰਹ 'ਚ ਬੂੰਦ ਪੈ ਜੇ ਤੂੰ ਪੋਲੀਓ ਤੋਂ ਬਚ ਜਾਏ ਖੈਰ ਸਮਾਹ ਹੋ ਗਿਆ ਅਖ ਵੇਗ ਇਨਾ ਮੈਟਰ ਸਤਸੰਗਤ ਦਾ ਰੱਖਿਆ ਸੀ ਤੇ ਆਖਰੀ 5 ਮਿੰਟਾਂ ਜੇ ਸੁਣੋ ਵੀ ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਦੁਨੀਆਂ ਦੇ ਲੋਕੋ ਜਿੰਨੀ ਹੋ ਸਕੇ ਕੋਸ਼ਿਸ਼ ਕਰੋ ਸੰਗਤ ਵਿੱਚ ਰਹੋ ਸੰਗਤ ਵਿੱਚ ਰਹੋ ਸਾਧੂ ਕੀ ਸੰਗਤ ਰਹੋ ਬੋਲੋ ਸਾਧੂ ਕੀ ਸੰਗਤ ਰਹੋ ਤੇ ਵੇਖੋ ਜੀ ਉੱਥੇ ਤੇ ਬੜੇ-ਬੜੇ ਚੰਗੇ ਖਾਣੇ ਮਿਲਦੇ ਨੇ ਉੱਥੇ ਤੇ ਜੀ ਬੜਿਆ-ਬੜਿਆ ਚੰਗੇ ਸੋਏਬੀਨ ਫੁਲਾਣੇ ਢੀਂਗੜੇ ਆ ਦਿੱਲੀ ਦੇ ਵਿੱਚ ਮੈਨੂੰ ਕੱਲ ਪਰਸੋਂ ਇੱਕ ਬੰਦਾ ਚੰਪਾਂ ਖਾਓਗੇ ਮੈਂ ਕਿਹਾ ਚੰਪਾਂ ਤੈਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਕਹਿੰਦੇ ਨੂੰ ਕਹਿੰਦਾ ਨਹੀਂ ਜੀ ਮੀਟ ਦੀਆਂ ਨਹੀਂ ਸੋਏ ਦੀਆਂ ਮੈਂ ਕਿਹਾ ਮਰ ਗਈ ਰਸੀ ਸੜ ਗਈ ਜੇ ਮੀਟ ਛੱਡਿਆ ਹੈ ਤੇ ਚੰਪਾਂ ਸੁੱਤ ਚੋਂ ਨਹੀਂ ਨਿਕਲੀਆਂ ਸੋਏ ਦੀਆਂ ਹੀ ਸਹੀ ਯੋ ਗੁਰੂ ਕਿਉ ਸਿੱਖੋ ਸੰਗਤ ਵਿੱਚ ਰਹੋ ਜਮਾਂ ਦੀ ਪੱਕੀ ਰੋਟੀ ਮਿਲੇ ਖਾ ਕੇ ਵਾਹਿਗੁਰੂ ਚੇਤਾਉ ਕਿਉਂਕਿ ਸੰਗਤ ਚੋਂ ਖਾਧੀ ਹੈ ਨਾ ਆਖੋ ਵਾਹਿਗੁਰੂ ਵਾਹਿਗੁਰੂ ਗੱਦੀ ਕਿ ਬੋਲੋ ਨਾ ਵਾਹਿਗੁਰੂ ਤੁਸੀਂ ਦੱਸੋ ਜਦੋਂ ਇੱਥੇ ਸੰਗਤ ਵਿੱਚ ਵੀ ਕਿ ਲੰਗਰ ਵਰਤਦਾ ਹੈ ਉਦੋਂ ਮੂੰਹ ਚੋਂ ਵਾਹਿਗੁਰੂ ਨਿਕਲਦਾ ਕਿ ਢਾਬੇ ਚ ਨਿਕਲਦਾ ਹੈ ਬੋਲੋ ਨਾ ਕਦੀ ਢਾਬੇ ਚ ਵੀ ਕਿਸੇ ਨੇ ਰੋਟੀ ਰੱਖਣ ਵਾਲੇ ਨੇ ਆਖਿਆ ਭਈ ਬੋਲ ਵਾਹਿਗੁਰੂ ਵੇਖ ਲਓ ਥੋੜਾ ਜਿਹਾ ਉਹ ਤਾਂ ਸੁਰਤ ਦੀਆਂ ਅੱਖਾਂ ਖੋਲ ਕੇ ਮੇਰਾ ਅਜ ਬਾਪੂ ਕਹਿੰਦਾ ਸਾਧੂ ਕੀ ਸੰਗਤ ਰੋ ਦੁਨੀਆ ਦੇ ਲੋਕੋ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਰੋ ਉੱਥੋਂ ਭਾਵੇਂ ਜौं ਕੀ ਭੂਸੀ ਖਾਓ ਜਵਾਂ ਦੀ ਪੱਕੀ ਰੋਟੀ ਹੋਵੇ ਉਹ ਵੀ ਮਿਲੇ ਤੇ ਮੂੰਹ ਚੋਂ ਕੀ ਨਿਕਲੂਗਾ ਗੁਰੂ ਵਾਹ ਗੁਰੂ ਵਾਹ 그루 그루 ਅਕਸਰ ਸਤਨਾਮ ਸ੍ਰੀ ਵਾਹਿਗੁਰੂ ਸ਼ਾਬਾਸ਼ ਕਿੰਨੇ ਸਾਲ ਭਾਈ ਲੈਣਾ ਜੀ ਧੰ ਗੁਰੂ ਨਾਨਕ ਸਾਹਿਬ ਦੇ ਕੋਲ ਰਹੇ ਅਖ ਵੇਗੁਰੂ ਵਾਹਿਗੁਰੂ ਤੇ ਜਿੰਨਾ ਕ ਲੰਗਰ ਬਣਦਾ ਸੀ ਨਾ ਕਰਤਾਰਪੁਰ ਸਾਹਮਣੇ ਹੀ ਸਾਹਿਬ ਦੇ ਸਾਰਾ ਹੀ ਵਰਤਾ ਦੇਣਾ ਸੰਗਤਾਂ ਨੂੰ ਸਾਰਾ ਹੀ ਲੰਗਰ ਤੇ ਸਾਹਿਬ ਨੇ ਪੁੱਛਿਆ ਲੈਣਿਆ ਤੇਰੇ ਲਈ ਬਚਿਆ ਪ੍ਰਸ਼ਾਦਾ ਕਹਿੰਦਾ ਜੀ ਬੜਾ ਕੁਝ ਬਚਿਆ ਬੜਾ ਕੁਝ ਬਚਿਆ ਲੈਣਿਆ ਦਿਖਾਂ ਹਾਂ ਦਾਲ ਵਾਲੀ ਬਾਲਟੀ ਮਹਾਰਾਜ ਸਭ ਕੋ ਜੀ ਭਰਿਆ ਤੁਹਾਡਾ ਘਰ ਖਾਲੀ ਕਿਤਨਾ ਹੋ ਸਕਦਾ ਹੈ ਤੁਹਾਡੇ ਘਰ ਖਾਲੀ ਭਾਂਡੇ ਕਿਤਨਾ ਹੋ ਸਕਦੇ ਉਹਨੇ ਕਿਹਾ ਖਾਂਦਾ ਕਿੱਥੋਂ ਹਾਂ ਸਾਬ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਮਹਾਰਾਜ ਲੰਗਰ ਵਰਤਾਉਂਦੇ ਨੇ ਟੁਕੜੇ ਦੇ ਪੈਂਦੇ ਨੇ ਨਾ ਸੰਗਤ ਦੇ ਤੇ ਜਿਹੜੇ ਦਾਲ ਦੇ ਦਾਣੇ ਖਿੱਲਰ ਜਾਂਦੇ ਨੇ ਮੈਂ ਸਾਰੇ ਇਕੱਠੇ ਕਰ ਲੈਣਾ ਤੇ ਤੋਕੇ ਮੂੰਹ ਦੇ ਵਿੱਚ ਜਦੋਂ ਪਾਉਣਾ ਨਾ ਇੱਕ ਇੱਕ ਦਾਣੇ ਵਿੱਚੋਂ ਤੇਰੀਆਂ ਅਸੀਸਾਂ ਮਿਲਦੀਆਂ ਸੰਗਤ ਵਿੱਚ ਆਓ ਨਾ ਕਲਬਾਂ ਚ ਜਾ ਕੇ ਮਾਸ ਖਾਓ ਮਰੋਗੇ ਮਰੋਗੇ ਨਾ ਘਰਾਂ ਦੇ ਵਿੱਚ ਇਹ ਗੰਦੀਆਂ ਚੀਜ਼ਾਂ ਬਣਾਓ ਸਾਦਾ ਭੋਜਨ ਛਕੋ ਇੱਕ ਮੁਸਲਮਾਨ ਨੇ ਪੁੱਛਿਆ ਸੀ ਅੱਖ ਵੈਗਰੂ ਗੱਜ ਕੇ ਬੋਲੋ ਨਾ ਮਹਾਰਾਜ ਤੁਸੀਂ ਤੇ ਸ਼ੈਨਸ਼ਾ ਜੇ ਕਾਬਲ ਦਾ ਫਕੀਰ ਪੁੱਛ ਰਿਹਾ ਤੁਸੀਂ ਤੇ ਸ਼ੈਨਸ਼ਾ ਜੇ ਫੈਸਲਾ ਕਰ ਜੋ ਮੀਟ ਖਾਣਾ ਚਾਹੀਦਾ ਕਿ ਨਹੀਂ ਸਾਬ ਨੇ ਕਿਹਾ ਜਿੰਨਾ ਚਰਾਇਤ ਬੰਦਗੀ ਬੋਲੋ ਜਿੰਨਾ ਚਰਾਇਤ ਜਿਨ੍ਹਾਂ ਨੇ ਬੰਦਗੀ ਕਰਨੀ ਤੈਨਾ ਮਾਸ ਨਾ ਪਾਸ ਜਿਵੇਂ ਇੱਕ ਐਪਲੀਕੇਸ਼ਨ ਫੇਲ ਹੁੰਦੀ ਤੇ ਇੱਕ ਪਾਸ ਹੁੰਦੀ ਨਾ ਕਿਸੇ ਨੇ ਐਪਲੀਕੇਸ਼ਨ ਦਿੱਤੀ ਹੋਵੇ ਜਿਨ੍ਹਾਂ ਲੋਕਾਂ ਨੇ ਰੱਬ ਦਾ ਨਾਮ ਜਪਣਾ ਹੈ ਜਿਨ੍ਹਾਂ ਸਮਾਧੀਆਂ ਲਾਉਣੀਆਂ ਨੇ ਜਿੰਨਾ ਚੌਂਕੜੇ ਮਾਰਨੇ ਨੇ ਮਾਸ ਨਾ ਪਾਸ ਤੇ ਅਸੀਂ ਤੇ ਸਾਰੇ ਹੀ ਜ਼ਿੰਦਗੀ ਕਰਨ ਵਾਲੇ ਆ ਸਾਨੂੰ ਸਾਰੇ ਰ ਹੁਕਮ ਆ ਆਹ ਉਹ ਸਿੱਖ ਸਤਿਗੁਰੂ ਕੇ ਪਿਆਰੇ ਉਹ ਗਾਓ ਸਤਿਗੁਰੂ ਵਾਣੀ ਫਿਰ ਆਖਿਆ ਜੀ ਹੁਣ ਖਾਈਏ ਕੀ ਚੱਲ ਇੰਨੀ ਗੱਲ ਕਹਿ ਕੇ ਸਮਾਪਤੀ ਕਰੋ ਗਰੀਬ ਨਵਾਜ ਤੁਸੀਂ ਦੱਸੋ ਖਾਵੇ ਸਿੱਖ ਕੀ ਜਵਾਂ ਦੀ ਰੋਟੀ ਇਕਬੀਰ ਕਹਿ ਰਿਹਾ ਜੋਂ ਕੀ ਪੁੱਸੀ ਖਾਓ ਉਧਰ ਜਨਮ ਸਾਖੀ ਵਿੱਚ ਗੁਰੂ ਨਾਨਕ ਸਾਹਿਬ ਕਹਿ ਰਹੇ ਜਵਾਂ ਕੀ ਰੋਟੀ ਖਾਏ ਕੇ ਲੂਣਾ ਨਾ ਵਿੱਚ ਮਿਲਾਂ ਠੰਡਾ ਪਾਣੀ ਪੀ ਕੇ ਪ੍ਰਭੂ ਦੇ ਗੁਣ ਗਾ ਜਮਾਂ ਦੀ ਠੰਡੀ ਰੋਟੀ ਖਾਈ ਜਿਹਦੇ ਨਾਲ ਤੇਰੇ ਅੰਦਰ ਵਕਾਰ ਨਾ ਪੈਣ ਠੰਡੀ ਰੋਟੀ ਜਮਾਂ ਦੀ ਰੋਟੀ ਠੰਡੀ ਹੁੰਦੀ ਰੱਬ ਦੀ ਇਬਾਦਤ ਕਰਨ ਵਾਲਾ ਸਾਦੇ ਤੋਂ ਖੂਬ ਖਾਣਾ ਖਿਚਰੀ ਜਾਂ ਮੈਂ ਅੰਮ੍ਰਿਤ ਲੋਣ ਹੇਰਾ ਰੋਟੀ ਕਰਨੇ ਗळा ਕਟਾਵੇ ਕਾਣ ਉਹ ਗੁਰੂ ਕੇ ਸਿੱਖੋ ਸਾਡਾ ਖਾਣਾ ਬਦਲ ਗਿਆ ਸਾਡੀ ਬੋਲਣੀ ਬਦਲ ਗਈ ਸਾਡੀ ਰਹਿਣੀ ਬਦਲ ਗਈ ਸਾਡੀ ਰਹਿਣੀ ਬਦਲ ਗਈ ਸਾਡੀ ਕਹਿਣੀ ਬਦਲ ਗਈ ਸਾਡੀ ਸਹਿਣੀ ਬਦਲ ਗਈ ਰਾਜ ਦਵੇ ਤੇ ਕਿੰਨੂ ਦਵੇ ਘਰ ਮੋੜੋ ਸਾਦਾ ਭੋਜਨ ਖਾਓ ਤੁਹਾਨੂੰ ਰੱਬ ਸਰਦਾਰੀਆਂ ਬਖਸ਼ੇ ਅਖ ਵੇ ਗੁਰੂ ਤੁਹਾਨੂੰ ਰੱਬ ਸਰਦਾਰੀਆਂ ਬਖਸ਼ੇ ਤੇ ਸਰਦਾਰੀਆਂ ਲਟਾਓ ਨਾ ਕੋਈ ਸ਼ਰਾਬ ਤੇ ਲਟਾਈ ਜਾਂਦਾ ਹੈ ਕੋਈ ਜੂਏ ਤੇ ਲਟਾਈ ਜਾਂਦਾ ਐ ਅਖ ਵੈਗਰੂ ਵੈਗਰੂ ਅੱਜ ਇੱਕ ਬੀਬੀ ਰਾਣੀ ਮੈਨੂੰ ਮਿਲੀ ਸੀ ਕਹਿੰਦੀ ਮੇਰਾ ਪਤੀ ਜੂਆ ਖੇਡਦਾ ਐ ਇਹ ਸਿੱਖ ਅਸਰੂਪ ਸਿੱਖਿਆ ਗੁਰੂ ਕਿਹਾ ਸਿਖਾ ਐਸੇ ਕਰਤਾਰ ਮਾਲਕ ਬਣ ਜਿਹੜਾ ਕਰਤਾਰ ਤੇਰੇ ਮਾਲਕ ਨੂੰ ਸੋਹਣਾ ਲੱਗੇ ਐਸਾ ਸ਼ਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇਈ ਐਨਸ ਲਾਗੇ ਪਾਓ ਜਿਹਦੇ ਨਾਲ ਇਹੋ ਜਿਹਾ ਕਰਤਾਰ ਬਣਾਓ ਜਿਹਦੇ ਨਾਲ ਦਿਨੋ ਦਿਨ ਰੱਬ ਨਾਲ ਤੁਹਾਡਾ ਪਿਆਰ ਵਧੇ ਇਹੋ ਜੇ ਕੱਪੜੇ ਨਾ ਪਾਓ ਰੱਬ ਤੋਂ ਦੂਰ ਜਾਓ ਇਹੋ ਜਿਹਾ ਖਾਣਾ ਨਾ ਖਾਓ ਰੱਬ ਤੋਂ ਦੂਰ ਜਾਓ ਇਹੋ ਜੇ ਲੋਕਾਂ ਦੀ ਸੰਗਤ ਨਾ ਕਰੋ ਜਿਹੜੀ ਤੁਹਾਨੂੰ ਰੱਬ ਤੋਂ ਦੂਰ ਲੈ ਜਾਵੇ ਸੰਗਤ ਰੋ ਕਬੀਰ ਸਾਧੂ ਕੀ ਸੰਗਤ ਰਹੁ ਬੋਲੋ ਸਾਧੂ ਕੀ ਸੰਗਤ ਰਹੁ ਜਿਉਂ ਕੀ ਭੂਸੀ ਖਾਓ ਜਵਾਂ ਦੀ ਰੋਟੀ ਖਾਣੀ ਪਵੇ ਮਗਰ ਸੰਗਤ ਸਾਧੂਆਂ ਦੀ ਕਰੋ ਗੁਰਮਖਾਂ ਦੀ ਕਰੋ ਹੁਣ ਤੁਹਾਡੇ ਨਾਲ ਕਿਸੇ ਅਮਰਤਾਰੀ ਸਿੱਖ ਦਾ ਰਿਸ਼ਤਾ ਹੈ ਤੁਸੀਂ ਰਾਤ ਨੂੰ ਉਹਦੇ ਘਰ ਗਏ ਹੋ ਉੱਥੇ ਤੇ ਜਾਂਦਿਆਂ ਨੂੰ ਕੋਈ ਖਰਾਉਣੇ ਨਹੀਂ ਬਣੇ ਉੱਥੇ ਸਾਦਾ ਭੋਜਨ ਬਣਿਆ ਤੇ ਸਾਦਾ ਭੋਜਨ ਬਣਨ ਤੋਂ ਪਹਿਲਾਂ ਰੋਟੀ ਦੇਣ ਤੋਂ ਪਹਿਲਾਂ ਉਹਨੇ ਆਖਿਆ ਆਓ ਵੀਰ ਜੀ ਪਹਿਲਾਂ ਸੋਧਰ ਪੜ ਲਈਏ ਕੀ ਸੋਧਰ ਪੜ ਲਈਏ ਆਓ ਪਹਿਲਾਂ ਸੋਧਰ ਪੜ ਲਈਏ ਜਿਨ੍ਹਾਂ ਦੇ ਸੰਦੜਿਆਂ ਮਿੱਤਰ ਉਹ ਬਣਾਉ ਜਿਨ੍ਹਾਂ ਨੂੰ ਵੇਖ ਕੇ ਸ਼ਰਾਬ ਦਾ ਚੇਤਾ ਭੁੱਲ ਜਾਏ ਮਿੱਤਰ ਉਹ ਬਣਾਓ ਜਿਨ੍ਹਾਂ ਨੂੰ ਵੇਖ ਕੇ ਤੁਹਾਨੂੰ ਬੇਈਮਾਨੀ ਭੁੱਲ ਜਾਏ ਮਿੱਤਰ ਉਹ ਬਣਾਓ ਜਿਨ੍ਹਾਂ ਨੂੰ ਵੇਖ ਕੇ ਤੁਹਾਨੂੰ ਵਕਾਰ ਭੁੱਲਣ ਤੇ ਨਰਿੰਕਾਰ ਚੇਤੇ ਆਵੇ ਜਿਉਂ ਕਿ ਉਸੇ ਖਾਓ ਹੋਂ ਹਾਰਸੋ ਹੋਏ ਹੈ ਸਾਕਤ ਸੰਗ ਨਾ ਜਾਓ ਇੱਕ ਵਚਨ ਕਰਾਂ ਅਖੋ ਵੈਗਰੂ ਵੈਗਰੂ ਸਾਕਤ ਤੇ ਸਾਧੂ ਦੇ ਵਚਨ ਬੜੇ ਆਏ ਨੇ ਸਾਕਤ ਦੋਵਾਂ ਨੂੰ ਸੱਸਾ ਲੱਗਦਾ ਹੈ ਦੋਵੇਂ ਸੱਸੇ ਜੋ ਪੈਦਾ ਹੋਏ ਨੇ ਸਾਕਤ ਵੀ ਦੇ ਸਾਧੂ ਵੀ ਮਗਰ ਇੱਥੇ ਲਿਖਿਆ ਵੀ ਜਿਹੜਾ ਸਾਖਤ ਹੈ ਨਾ ਉਸ ਬੰਦੇ ਨਾਲੋਂ ਸੂਰ ਚੰਗਾ ਮੈਂ ਨਹੀਂ ਕਹਿ ਰਿਹਾ ਬਾਣੀ ਸਤਗੁਰੂ ਦੀ ਕਹਿ ਰੀ ਸਾਖਤ ਤੇ ਸੂਕਰ ਭਲਾ ਬੋਲੋ ਸਾਖਤ ਤੇ ਸੂਕਰ ਭਲਾ ਜਿਹੜਾ ਬੰਦਾ ਨਿਤਨੇਮ ਨਹੀਂ ਕਰਦਾ ਜਿਹੜਾ ਬੰਦਾ ਗੁਰੂ ਦੀ ਗੱਲ ਸੁਣ ਕੇ ਹੀ ਰਾਜੀ ਨਹੀਂ ਜਿਹੜਾ ਬੰਦਾ ਧੰਗ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਆ ਬੀਬੀ ਨੂੰ ਕੀ ਹੋਇਆ ਜਿਹੜਾ ਬੰਦਾ ਸਿਮਰਨ ਨਹੀਂ ਕਰਦਾ ਬੰਦਗੀ ਨਹੀਂ ਕਰਦਾ ਜਿਹੜਾ ਬੰਦਾ ਰੱਬ ਦੀ ਹੋਂਦ ਨੂੰ ਮੰਨਦਾ ਹੀ ਨਹੀਂ ਮੰਜ਼ੂਰੀ ਨਹੀਂ ਕਰਦਾ ਵੀ ਰੱਬ ਵੀ ਕੋਈ ਚੀਜ਼ ਹੈ ਆਖੋ ਵੈਗੁਰੂ ਵੈਗੁਰੂ ਸਾਤ ਤੇ ਸੂਕਰ ਭਲਾ ਸੂਰ ਦਾ ਕਿਉਂ ਜੀ ਸੂਰ ਨੂੰ ਕੋ ਚੰਗਾ ਕਹਤਾ ਕਹਿੰਦੇ ਸੂਰ ਜਿਹੜਾ ਹੈ ਨਾ ਉਹ ਗੰਦ ਨੂੰ ਸਾਂਭਦਾ ਹੈ ਭਾਵੇਂ ਮੂੰਹ 'ਚ ਵਿਚਾਰਾ ਪਾਉਂਦਾ ਹੈ ਮਗਰ ਲੋਕਾਂ ਦੇ ਰਾਹ ਦੇ ਵਿੱਚੋਂ ਗੰਦ ਗਲੀ ਦੇ ਵਿੱਚ ਜੇ ਬੱਚਿਆਂ ਨੇ ਕਿਤੇ ਗੰਦ ਪਾਇਆ ਕਿਸੇ ਨੇ ਗੰਦ ਪਾਇਆ ਤੇ ਸੂਰ ਆਪ ਖਾ ਕੇ ਲੋਕਾਂ ਲਈ ਰਾਹ ਸਾਫ ਕਰਦਾ ਹੈ ਮੈਂ ਅਗਰ ਸਾਖਤ ਲੋਕਾਂ ਦੇ ਰਾਹ 'ਚ ਗੰਦ ਪਾਉਂਦਾ ਹੈ ਨਿੰਦਾ ਦਾ ਚੁਗਲੀ ਦਾ ਦੁਈ ਦਾ ਦਵੇਦ ਦਾ ਸਾਖਤ ਪੁਰਸ਼ ਦਾ ਕੰਮ ਹੀ ਇਹ ਹੁੰਦਾ ਹੈ ਅੱਖ ਵੈਗਰੂ ਵੈਗਰੂ ਆ ਜਿਹੜੇ ਲੋਕੀ ਕਹਿੰਦੇ ਆ ਦਸਮਨ ਦੀ ਬਾਣੀ ਬਾਰੇ ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਰਹੇ ਪਰਸੋ ਚੌਥੇ ਇੱਕ ਦਿਨ ਸਿੰਘ ਸਾਹਿਬ ਕਥਾ ਕਰ ਰਹੇ ਸੀ ਗਿਆਨੀ ਜਸਵੰਤ ਸੋਣੀ ਅੱਖ ਵੈਗਰੂ ਵੈਗਰੂ ਗਾਜੀ ਕਿ ਬਗਲੋ ਵੈਗਰੂ ਤੇ ਉਹ ਕਹਿੰਦੇ ਸੀ ਵੀ ਜਦੋਂ ਕਿਸੇ ਨੂੰ ਨਜਲਾ ਹੋ ਜਾਏ ਨਜਲਾ ਨਜਲਾਈ ਕਿੰਦੇ ਹੋ ਜੇ ਕਾਮ ਤੇ ਅਕਸਰ ਉਹ ਮੂੰਹ ਤੇ ਕੱਪੜਾ ਰੱਖਦਾ ਵੀ ਮੇਰੀ ਬਿਮਾਰੀ ਕਿਸੇ ਨੂੰ ਨਾ ਲੱਗੇ ਧਿਆਨ ਦਿਓ ਮੇਰੀ ਬਿਮਾਰੀ ਤੇ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਐਸ ਬੰਦੇ ਨੂੰ ਨਜਲਾ ਹੋ ਗਿਆ ਤੇ ਉਹ ਵੀ ਆਪਣੇ ਮੂੰਹ ਤੇ ਉਹ ਆਂਦਾ ਸੀ ਮੇਰੀ ਇਹਨਾਂ ਭਰਾਵਾਂ ਨੂੰ ਗਿਆਨੀ ਜਸਵੰਤ ਸਿੰਘ ਕਹਿੰਦਾ ਸੀ ਜਿਹੜੇ ਰੌਲਾ ਪਾਉਂਦੇ ਫਿਰਦੇ ਆ ਨਾ ਅਰਦਾਸ ਬਾਰੇ ਜਿਹੜੇ ਬਾਣੀਆਂ ਬਾਰੇ ਰੌਲਾ ਪਾਉਂਦੇ ਫਿਰਦੇ ਇਹਨਾਂ ਨੂੰ ਹੋ ਗਿਆ ਨਜਲਾ ਤੇ ਇਹਨਾਂ ਨੂੰ ਮੂੰਹ ਦੇ ਉੱਤੇ ਕੱਪੜਾ ਰੱਖਣਾ ਚਾਹੀਦਾ ਵੀ ਸਾਡੀ ਹਵਾ ਕਿਸੇ ਹੋਰ ਨੂੰ ਨਾ ਲੱਗ ਜਾਏ ਮਗਰ ਇਹਨਾਂ ਤੋਂ ਵੱਡਾ ਸਾਖਤ ਕੌਣ ਹੈ ਜਿਨ੍ਹਾਂ ਆਪਣੇ ਅੰਮ੍ਰਿਤ ਦੀਆਂ ਬਾਣੀਆਂ ਹੀ ਭੁੱਲ ਗਏ ਆਖੋ ਵੈਗੁਰੂ ਵੈਗੁਰੂ ਇਹਨਾਂ ਨੂੰ ਪੁੱਛੋ ਮੈਂ ਤੇ ਇੱਕ ਗੱਲ ਇੰਨੀ ਕਹਿੰਦਾ ਵੀ ਜਿਹੜੇ ਜਿਹੜੇ ਇਹ ਲੋਕ ਰੌਲਾ ਪਾ ਰਹੇ ਇਹਨਾਂ ਨੂੰ ਪੁੱਛੋ ਵੀ ਜਦ ਦਿਨ ਤੁਸੀਂ ਅੰਮ੍ਰਿਤ ਛਕਿਆ ਸੀ ਕਿਹੜੀਆਂ ਬਾਣੀਆਂ ਪੜੀਆਂਗੇ ਨਹੀਂ ਨਹੀਂ ਤੁਸੀਂ ਤੁਹਾਡੀ ਨਹੀਂ ਮੈਂ ਗੱਲ ਕਰ ਰਿਹਾ ਜਿਹੜੇ ਲੋਕੀ ਇਹ ਕੁਝ ਕਹਿੰਦੇ ਨੇਟ ਤੇ ਰਾਤ ਦਿਨ WhatsApp ਤੇ Facebook ਤੇ ਪਾਈ ਜਾਂਦੇ ਆ ਵੀ ਵੇਖੋ ਜੀ ਇਹ ਤੇ ਬਾਣੀ ਗੁਰੂ ਸਾਹਿਬ ਦੀ ਹੈ ਹੀ ਨਹੀਂ ਚਲੋ ਮੰਨਿਆ ਤੁਸੀਂ ਠੀਕ ਕਹਿੰਦੇ ਹੋ ਮਗਰ ਇੱਕ ਵਾਰ ਕਹੋ ਵੀ ਜਦਨ ਤੁਸੀਂ ਅੰਮ੍ਰਿਤ ਛਕਿਆ ਸੀ ਜਦਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੋ ਉਹਦਨ ਪੰਜ ਕਕਾਰ ਤੁਸੀਂ ਪਾਏ ਸੀ ਤੁਸੀਂ ਪੰਜ ਬਾਣੀਆਂ ਦੇ ਨਾਲ ਫਿਰ ਤੁਸੀਂ ਮੈਨੂੰ ਦੱਸੋ ਉਹਦਨ ਤੁਹਾਡੇ ਸਾਹਮਣੇ ਅੱਖਾਂ ਦੇ ਕਿਹੜੀਆਂ ਬਾਣੀਆਂ ਪੜੀਆਂ ਤੇ ਕਹਿਣਗੇ ਜਪਜੀ ਜਾਪ ਸਵਈਏ ਚੁਪਈ ਇਹਨਾਂ ਸਭ ਪੜਿਆ ਸੀ ਤੇ ਫਿਰ ਇਹਨਾਂ ਨੂੰ ਕਹੋ ਜੇ ਤੁਹਾਨੂੰ ਪਤਾ ਲੱਗ ਗਿਆ ਹੈ ਜੇ ਤੁਹਾਨੂੰ ਵੀ ਇਹ ਬਾਣੀਆਂ ਨਹੀਂ ਤੇ ਤੁਸੀਂ ਗਾਤਰਾ ਹੁਣ ਕਿਉਂ ਪਾਈ ਫਿਰਦੇ ਹੋ ਫਿਰ ਜਦੋਂ ਪਤਾ ਤੁਹਾਨੂੰ ਲੱਗਿਆ ਵੀ ਜਿਨ੍ਹਾਂ ਬਾਣੀਆਂ ਨਾਲ ਮੈਨੂੰ ਅਮਰ ਸ਼ਿਕਾਇਆ ਉਹ ਤੇ ਬਾਣੀਆਂ ਹੀ ਨਹੀਂ ਸੀ ਤੇ ਫਿਰ ਤੁਸੀਂ ਹੁਣ ਗਾਤਰਾ ਕਿਉਂ ਪਾਈ ਫਿਰਦੇ ਹੋ ਜਿਹੜਾ ਤੋਤਾ ਬੁੱਧੀਆਂ ਗੱਲਾਂ ਕਰਨਾ ਜਾਣਦਾ ਹੋਵੇ ਨਾ ਆਖੋ ਵੈਗਰੂ ਵੈਗਰੂ ਧਿਆਨ ਦਿਓ ਜੀ ਬਾਜ਼ਾਰ ਵਿੱਚ ਤੁਸੀਂ ਤੋਤਾ ਲੈਣ ਜਾਂਦੇ ਹੋ ਕਿਹੜਾ ਤੋਤਾ ਖਰੀਦੋਗੇ ਜਿੰਨੂੰ ਜਿਆਦਾ ਗੱਲਾਂ ਆਉਂਦੀਆਂ ਏਜੰਸੀਆਂ ਨੇ ਵੀ ਉਹ ਤੋਤਾ ਸਾਡਾ ਖਰੀਦਿਆ ਨਹੀਂ ਪਤਾ ਲੱਗਾ ਬੜੀਆਂ ਗੱਲਾਂ ਆਉਂਦੀਆਂ ਸੀ ਉਹਨੂੰ ਉਹਦੀ ਭਾਸ਼ਾ ਨੇ ਬੜਿਆਂ ਲੋਕਾਂ ਨੂੰ ਤੋੜਿਆ ਆਇਆ ਇੱਥੇ ਤੁਹਾਡੇ ਵਿੱਚ ਹੀ ਉਹ ਬੈਠਾ ਪਿਆਰਾ ਅਖ ਵੈਗਰੂ ਵੈਗਰੂ ਮੈਨੂੰ ਕਹਿੰਦਾ ਜੀ ਉਹਦੇ ਅੰਦਰੋਂ ਤੇ ਗੁਰੂ ਨਾਨਕ ਦੀ ਆਵਾਜ਼ ਆਉਂਦੀ ਏ ਮੈਂ ਕਹਾਂ ਠੀਕ ਹੈ ਹੁਣ ਅੱਜ ਮੈਨੂੰ ਕਹਿੰਦਾ ਉਹਨੇ ਤੇ ਵਿੜਾਗਰ ਕਰਤਾ ਅੱਜ ਹੀ ਮਿਲ ਕੇ ਕਹਿੰਦਾ ਉਸ ਦਿਨ ਮੈਨੂੰ 2-3 ਸਾਲ ਪਹਿਲਾਂ ਕਹਿੰਦਾ ਸੀ ਉਹਦੇ ਅੰਦਰੋਂ ਗੁਰੂ ਨਾਨਕ ਦੀ ਆਵਾਜ਼ ਆਉਂਦੀ ਤੇ ਅੱਜ ਕਹਿੰਦਾ ਜੀ ਉਹਨੇ ਤੇ ਸਾਡਾ ਸਾਰੀ ਦੁਨੀਆ ਤੇ ਕਨਫਿਊਜ਼ਨ ਪਾਤੀ ਗੁਰੂ ਕੋ ਸਿੱਖੋ ਸਾਖਤ ਤੇ ਸੂਕਰ ਭਲਾ ਰਾਖੇ ਆਛਾ گاਉ ਸਾਖਤ ਦਾ ਕੰਮ ਆ ਗੰਦ ਪਾਉਣਾ ਸੂਰ ਉਹਦੇ ਨਾਲੋਂ ਇਸ ਕਰਕੇ ਚੰਗਾ ਕਿ ਗੰਦਗੀ ਚੁੰਦਾ ਏ ਇੱਕ ਦਿਨ ਆਇਆ ਸਾਖਤ ਵੀ ਉਸੇ ਦਿਨ ਮਰ ਗਿਆ ਧਿਆਨ ਦਿਓ ਜਰਾ ਸਾਖਤ ਵੀ ਤੇ ਸੂਰ ਵੀ ਤੇ ਜਦੋਂ ਸੂਰ ਮਰਿਆ ਨਾ ਤੇ ਦੋ ਚਾਰ ਪੰਜ ਬੰਦੇ ਖਲੋਤੇ ਗੱਲਾਂ ਕਰਨ ਦੇ ਯਾਰ ਬੜਾ ਭਲਾ ਹੀ ਸਾਰੀ ਗਲੀ ਦਾ ਗੰਧ ਖਾ ਜਾਂਦਾ ਸੀ ਇਹਦਾ ਲੋਕਾਂ ਨੂੰ ਸੁੱਖ ਸੀ ਕਿਹਦਾ ਮਗਰ ਉਹ ਸਾਖਤ ਬਪਰਾ ਮਰ ਗਿਆ ਬੋਲੋ ਹਾਂ ਉਹ ਸਾਖਤ ਬੱਪਰਾ ਮਰ ਗਿਆ ਕੋਈ ਨ ਲੈ ਹੈ ਨਾ ਕੋਈ ਨ ਲੈ ਹੈ ਜਦਨ ਉਹ ਸਾਖਤ ਪੁਰਸ਼ ਮਰਿਆ ਜਿਹੜਾ ਬਚਨਾਂ ਰਾਈ ਜਿਹੜਾ ਆਪਣੇ ਬਚਨਾਂ ਰਾਈ ਗੰਧ ਪਾਉਂਦਾ ਸੀ ਕਹਿੰਦੇ ਲੋਕਾਂ ਨੇ ਮੂੰਹ ਤੇ ਕੱਪੜਾ ਰੱਖ ਲਿਆ ਛੱਡੋ ਇਹਦਾ ਨਾਂ ਕੀ ਲੈਣਾ ਹੈ ਆਓ ਗੁਰੂ ਕੇ ਸਿੱਖੋ ਸਾ ਸੰਗਤ ਕਰੋ ਸਾ ਸੰਗਤ ਵਿੱਚ ਰਹੋ ਅਮਰ ਸੇਖੋ ਗੁਰੂ ਵਾਲੇ ਬਣੋ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਤੁਹਾਡੇ ਪਰਿਵਾਰ ਨੂੰ ਤੁਹਾਡੇ ਬੱਚਿਆਂ ਨੂੰ ਨਿਤਨੇਮ ਬਖਸ਼ੇ ਤੇ ਜਬਾਨ ਵੰਦਨਾ ਕਰਿਓ ਆਪਣੀ ਬੋਲ ਸੋ ਧਰਮੀੜਿਆ ਮੋਨ ਕਤ ਤਾਰੀ ਰਾਮ ਆ ਜਿੰਨੇ ਤੁਸੀਂ ਬਾਬਾ ਅਜੀਤ ਸਿੰਘ ਦੀ ਨਸਲ ਬਿਠੇ ਹੋ ਨਾ ਨੌਜਵਾਨ ਬੱਚੇ ਬੱਚੀਆਂ ਇੱਕ ਇੱਕ ਸਿੱਖ ਨੂੰ ਸਮਝਾਇਆ ਕਰੋ ਕੋਈ ਮੰਨੇ ਨਾ ਮੰਨੇ ਜੇ ਕੋ ਟੋਪੀ ਵਾਲਾ ਮਿਲਦਾ ਹੈ ਨਾ ਤੇ ਉਹਨੂੰ ਪਿਆਰ ਨਾਲ ਸਮਝਾਓ ਹੋ ਸਕਦਾ ਹੈ ਦਸਾਂ ਨੂੰ ਕਹੋ ਤੇ ਪੰਜ ਮੰਨੇ ਜਾਣਾ ਕੋਈ ਸ਼ਰਾਬ ਪੀਂਦਾ ਮੇਰਾ ਵੀਰ ਉਹਨੂੰ ਸਮਝਾਓ ਜੇ ਤੁਸੀਂ ਦਸਾਂ ਨੂੰ ਕਹੋਗੇ ਜੇ ਦੋ ਵੀ ਮੰਨ ਗਏ ਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਪੈਕੇਜ ਤੁਹਾਨੂੰ ਮਿਲੂਗਾ ਜਿਹੜਾ ਕਈ ਜਨਮਾਂ ਦੀ ਬੰਦਗੀ ਤੋਂ ਜ਼ਿਆਦਾ ਹੋ ਕਿਸੇ ਟੁੱਟੇ ਨੂੰ ਜੋੜ ਕਿਸੇ ਟੁੱਟੇ ਨੂੰ ਜੋੜ ਦੇਣਾ ਸਭ ਤੋਂ ਵੱਡਾ ਪੁੰਨ ਲਿਖਿਆ ਹੈ ਕਿ ਨਹੀਂ ਬੋਲੋ ਕਿਸੇ ਟੁੱਟੇ ਨੂੰ ਭੁੱਲਾ ਨਾ ਚੁਤਾਰਨੀ ਆ ਅਸੀਸ ਦਿਓ ਫਿਰ ਕਦੀ ਸਮਾਂ ਮਿਲਿਆ ਆਪ ਜੀ ਦੇ ਦਰਸ਼ਨ ਦੇਦਾਰ ਹੋਣਗੇ ਅਮਰ ਸ਼ਕੋ ਗੁਰੂ ਵਾਲੇ ਬਣੋ 27 ਤੇ 28 ਮਈ ਕਾਲਕਾ ਜੀ ਬੀਬਲਾ ਗੁਰਦੁਆਰੇ ਗਰੀਬ ਨਿਵਾਜ ਪਾਤਸ਼ਾਹ ਦੀ ਕਿਰਪਾ ਨਾਲ 9 ਤੋਂ 10 ਵਜੇ ਤੱਕ ਉੱਥੇ ਦਾਸ ਨੇ ਸੇਵਾ ਕਰਨ ਆਉਣਾ ਹੈ ਤੁਸੀਂ ਸਰਬੱਤ ਮਾਈ ਭਾਈ ਉੱਥੇ ਵੀ ਸੰਗਤ ਦੇ ਰੂਪ ਵਿੱਚ ਦਰਸ਼ਨ ਦੇਦਾਰ ਦੇਣੇ ਗੁਰੂ ਦੀਆਂ ਕਥਾ ਕਹਾਣੀਆਂ ਸੁਣਨੀਆਂ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ